जी असलम शाह साहब क्या हाल जनाब ठीक ठाक हो फाट हो सेहत तबीयत जनाब और ठीक हैं अलहमदुल्ला राज मेरे दे बड़े उस दाते की है। और जनाब कैंपस रेडियो एफ एम अठानवे शारी दो यूनिवर्सिटी आफ सरगौोदा तो वसेब का नुमाइंदा प्रोग्राम लोग रैतल ते मोमिनशाह इजाजराज हाजरे खिदमत हैं ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਸਾਡੇ ਪ੍ਰੋਗਰਾਮ ਨਾਲ ਜੁੜਨ ਵਾਸਤੇ ਸਾਡਾ ਫੋਨ ਨੰਬਰ ਨੋਟ ਕਰ ਲਓ ਸਾਡਾ ਫੋਨ ਨੰਬਰ ਹੈ 048923798 048923798 ਇਸ ਤੋਂ ਇਲਾਵਾ ਸਾਡਾ ਪ੍ਰੋਗਰਾਮ ਥਰੂ ਮੀਡੀਆ ਯਾਨੀ ਫੇਸਬੁੱਕ ਪੇਜ ਤੇ ਵੀ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ ਔਰ ਵੇਖ ਸਕਦੇ ਹੋ ਉਹਦੇ ਵਾਸਤੇ VOV ਐਫਐਮ 98.2 ਸਰਗੋਦਾ ਸਰਚ ਕਰ ਸੋ ਅਗਰ ਸਰਚ ਕੀਤਾ ਹੈ ਤਾਂ ਸ਼ੇਅਰ ਕਰੋ ਔਰ ਲਾਈਵ ਕਰੋ ਔਰ ਸਾਡੇ ਨਾਲ ਸ਼ਾਮਿਲ ਹੋ ਵੰਜੋ ਔਰ ਅਗਰ ਤੁਸੀਂ ਨਵਾਂ ਮਤਲਬ ਇੱਕ ਪੇਜ ਤੁਸੀਂ ਸਰਚ ਕਰਨਾ ਹੈ ਤਾਂ ਗੂਗਲ ਤੇ ਜਾ ਕੇ ਤੇ VOV 98.2 ਸਰਗੋਦਾ ਲਿਖ ਸੋ ਤਾਂ ਪੇਜ ਸਾਹਮਣੇ ਆਵੇ ਸੀ ਉਸ ਨੂੰ ਜਨਾਬ ਸ਼ੇਅਰ ਕਰੋ ਔਰ ਉਸ ਨੂੰ ਉਹਦੇ ਨਾਲ ਸ਼ਾਮਿਲ ਹੋਵੋ ਤੁਸੀਂ ਸਾਨੂੰ ਵੇਖੋ ਲਾਈਵ ਜਨਾਬ ਸੁਣੋ ਔਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋ ਕਾਲ ਕਰੋ ਸਨ ਤੁਹਾਡੀ ਕਾਲ ਜਿਹੜੀ ਉਸ ਦੀ ਸੰਦ ਬੜੀਆਂ ਉਡੀਕਾਂ ਰਾਂਦੀਆਂ ਔਰ ਸਿੱਕਾਂ ਰਾਂਦੀਆਂ ਜਨਾਬ ਔਰ ਕਿਉਂਕਿ ਲੋਕ ਰਹਿਤਲ ਸਾਡੀ ਰਹਿਤਲ ਸਾਡੇ ਵਸੇਬ ਦਾ ਨੁਮਾਇੰਦਾ ਪ੍ਰੋਗਰਾਮ ਹੈ ਔਰ ਸਾਡੀ तमाम ਗੱਲਬਾਤ ਖਾਲਿਸਤਨ ਆਪਣੀ ਰਹਿਤਲ ਆਪਣੇ ਵਸੇਬ ਆਪਣੇ ਪੰਜਾਬ ਦੇ ਵਸਨੀਕਾਂ ਦੇ ਰਹਿਣ ਸਹਿਣ ਤੇ ਮਬਨੀ ਹੁੰਦੀ ਹੈ جس دیے تمام براواں دی شرکت ਸਾਡੇ واسطے نہایت خوشی ਦਾ باعث ਬਣਦੀ ਹੈ لہذا ਫੋਨ ਕੀਤਾ ਕਰੋ ਤੁਹਾਡੇ ਫੋਨਾਂ ਦੀਆਂ ਸੰ ਉਡੀਕਾਂ ਰਾਂ ਦੀਆਂ ਸਿੱਖਾਂ ਰਾਂ ਦੀਆਂ ਤੁਹਾਡੀਆਂ ਜਨਬ ਤੇ ਸ਼ਾਜੀ ہاں مان ਦੀ ਕੱਤ ਜਿਹੜੀ ਉਹ ਵੀ ਜ਼ਰਾ ਉਚੇਰੀ ਹੁੰਦੀ ਤੇ ਫੋਨ ਦੀ ਗੱਲ ਕਰੀਏ ਨਾ ਤੇ ਛੜਾ ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਸਿਰਫ ਇੱਥੇ ਪੰਜਾਬ ਵਿੱਚ ਨਹੀਂ ਸੁਣਿਆ ਬਈ ਦਾ ਅੱਜ ਹਰ ਬੰਦਾ ਫੇਸਬੁੱਕ ਨਾਲ ਦੀ ਇੱਕ ਜਿਹੜੀ ਸ਼ਾਇਆ ਉਹ ਉਹਦੀ ਵਾਰ ਤੋਂ ਕਰਦਾ ਬਿਲਕੁਲ ਬਹੁਤ ਜ਼ਿਆਦਾ ਬੈਪ ਚੱਲ ਰਹੀ ਜਿਵੇਂ ਰਾਜਵਰੀ ਫਰਮਾਇਦੇ ਬਿਆਨ ਨਾ ਕਿ ਤੁਸੀਂ ਥਰੂ ਮੀਡੀਆ سوشل ਮੀਡੀਆ ਰਹੀ ਤੁਸੀਂ ਸਾਨੂੰ ਵੇਖਣ ਦਾ ਇੱਕ ਹੋਰ ਕੁਲੀਆ ਵੀ ਹੈ ਇੱਕ ਤਾਂ ਤੁਸੀਂ ਗੂਗਲ ਤੇ ਬੰਝ ਕੇ ਲਿਖ ਦਿਓ ਸਿਰ ਸਿੱਧਾ ਪਦਰਾ ਲਿਖ ਦਿਓ ਵੀ ਉਹ ਵੀ ਯਾਨੀ ਕਿ ਤੁਸੀਂ ਯੂਨੀਵਰਸਿਟੀ ਆਫ ਸਰਗੋਦਾ ਲਿਖ ਦਿਓ ਨਾ ਜਿਸਲੇ ਤੇ ਪੂਰੀ ਯੂਨੀਵਰਸਿਟੀ ਸਰਗੋਦਾ ਖੋਲ ਕੇ ਸਾਹਮਣੇ ਆ ਜਾਗੇ ਉਹਦੇ ਵਿੱਚ ਆਪਸ਼ਨ ਨੇ ਥੱਲੇ ਜਾਓ ਤੇ ਲਿਸਨ ਲਾਈਵ ਲਿਸਨ ਰੇਡੀਓ ਲਿਖਿਆ ਹੋਗਾ ਉਹ ਖੋਲੋ ਤੇ ਤਾਂ ਵੀ ਤੁਸੀਂ ਰੇਡੀਓ ਸਾਡਾ ਸੁਣ ਸਕਦੇ ਹੋ ਸਟ੍ਰੀਮਿੰਗ ਤੇ ਅੱਛਾ ਬਸ ਦੂਜਾ ਕੁਲੀਆ ਇਹ ਕਿ ਤੁਸੀਂ ਫੇਸਬੁੱਕ ਵਰਤਦੇ ਹੋ ਫੇਸਬੁੱਕ ਦੇ ਉੱਤੇ ਜਾਓ ਲਿਖੋ VOB FM 98.2 ਜਿਸ ਵੇਲੇ ਉਹ ਲਿਖੋ ਤੇ ਬਾਅਦ ਇੱਕ ਪੇਜ ਆਵੇ ਸੀ ਉਸ ਪੇਜ ਦੇ ਉੱਤੇ ਨਾ ਨੀਲੇ ਰੰਗ ਦਾ ਲਿਖਿਆ ਹੁੰਦਾ ਜਾਂ ਸਾਵੇ ਰੰਗ ਦਾ ਫਾਲੋ ਉਹ ਜਿਵੇਂ ਜਿਹੜਾ ਸੈੱਟ ਹੋਸੀ ਉਹਦੇ ਮੁਕਾਬੇ ਕੋਸੀ ਉਹਨੂੰ ਜਿਹੜੀ ਉਂਗਲ ਜ਼ਰੂਰ ਲੇਸੋ ਅਗਰ ਤੁਸੀਂ ਉਂਗਲ ਲੇਸੋ ਨਾ ਤਾਂ ਉਹਦਾ ਫਾਇਦਾ ਇਹ ਹੋਸੀ ਕਿ ਤੁਸੀਂ ਉਹਦੇ ਉੱਤੇ ਲਿਖ ਪੜ ਵੀ ਸਕੋਗੇ ਅੱਛਾ ਉਹ ਨਾਲੇ ਤੁਸੀਂ ਜਦੋਂ ਫਾਲੋ ਫਾਲੋਅਰ ਸਾਡਾ ਬਣਾਉਣਾ ਹੈ ਤੇ ਜਦੋਂ ਇਹ ਪ੍ਰੋਗਰਾਮ ਸਾਡਾ ਸ਼ੁਰੂ ਹੋਣਾ ਹੈ ਤੇ ਤੁਹਾਨੂੰ ਫੌਰਨ ਜਨਾਬ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਨਾ ਮੈਂ ਸਦਾ ਆਪੜ ਬਣਾ ਜਿਵੇਂ ਭਲੇ ਦੌਰੇ ਚ ਲੋਕੇ ਚ ਮੋਚੀ ਨਹੀਂ ਆਈ ਜਾਂ ਕੋਈ ਜੋ ਲੋਕੇ ਦਾ ਇੱਕ ਕਮੀ ਸਨੇ ਗਲੀ ਦਾ ਨਾ ਇਹ ਜਨਾਬ ਗੂਗਲ ਵਾਲਿਆਂ ਬੜਾ ਫਾਇਦਾ ਕੀਤਾ ਸੈਕਿੰਡ ਚ ਸਨੇ ਆਪੜ ਬੈਂਦਾ ਸਨੇ ਆਪੜ ਬਈ ਸੀ ਤੇ ਇਹ ਸਨੇ ਤੇ ਅਮਲ ਕਰਦੇ ਆ ਜਿਹੜੇ ਮੇਰੇ ਸੱਜਣ ਬਾਹਰ ਬੈਠੇ ਹਨ ਹਾਂ ਹਾਂ ਜਿਹੜੇ ਸੋਸ਼ਲ ਮੀਡੀਆ ਰਹੀਂ ਸਾਨੂੰ ਵੇਖ ਰਹੇ ਨੇ ਉਹਨਾਂ ਵਾਸਤੇ ਵੀ ਅਰਜ਼ੂ ਹੈ ਕਿ ਤੁਸੀਂ ਵੀ ਕਦੀ ਕਿਦਾਈ ਨਾ ਮਸ਼ਰੂਫਤਰੀਨ ਵੇਲੇ ਚੋਂ ਥੋੜਾ ਜਿਹਾ ਵੇਲਾ ਕੱਢ ਕੇ ਸਾਨੂੰ ਵੀ ਵੇਲਾ ਦਿੱਤਾ ਕਰੋ ਤੇ ਉਸ ਵੇਲਾ ਦੇਣ ਦਾ ਪਤਾ ਤਰੀਕਾ ਕੀ ਹੈ ਪਹਿਲ ਤੁਸੀਂ 200 ਮਿਲਣੀਆਂ ਉਸ ਤੋਂ ਬਾਅਦ ਬਾਤ ਤੁਸੀਂ 92 ਮਿਲਣਾ 92 ਮਿਲਣ ਤੋਂ ਬਾਅਦ ਬਾਤ 48 ਮਿਲਣਾ 48 ਮਿਲਾ ਕੇ ਬਾਤ 92 ਤੇ 700 ਤੇ 98 ਏ ਜਿਵੇਂ ਬਇਸ਼ਤੀ ਨਸੀਮ ਇਕਬਾਲ ਭੱਟੀ ਵੀ ਰਿਫਰਮਾਇਦੇ ਹੁੰਦੇ ਆਣ ਨਾ ਕਿ ਦਿਲ ਦੇ ਪੰਨੇ ਦੇ ਉੱਤੇ ਲਿਖ ਲਿਓ ਔਰ ਸ਼ਾ ਜੀ ਜਦਾਂ ਜਿਹੜੇ ਬਾਹਰ ਖਾਸ ਕਰ ਕੋਈ ਬਾਹਰ ਦੇ ਰੋਜੀ ਰੋਟੀ ਵਾਸਤੇ ਤੇ ਜਦਾਂ ਥੱਕੇ ਹੱਚੇ ਹੋਇਆ ਕਿ ਸ਼ਾਮ ਨੂੰ ਹਾਂ ਆਪਣੇ ਆਰਾਮ ਫਰਮਾਉਣ ਦੇ ਨਾਲ ਆਪਣੇ ਬਿਸਤਰ ਤੇ ਮੌਜੂਦ ਹੁੰਦੇ ਨਾ ਤੇ ਜਦਾਂ ਤੁਸੀਂ ਇਹ ਸਾਡਾ ਪੇਜ ਤੁਸੀਂ ਜਦੋਂ ਸਰਚ ਕਰਨਾ ਨਾ ਤੁਹਾਡੇ ਸਾਹਮਣੇ ਆਉਣਾ ਤੇ ਤੁਹਾਨੂੰ ਇੰਜ ਲੱਗਣਾ ਕਿ ਤੁਸੀਂ ਸਾਡੇ ਨਾਲ ਸਾਡੇ ਨਾਲ ਬੈਠੇ ਤੁਸੀਂ ਮੂੜਾ ਗਾਧ ਦੇ ਵਿੱਚ ਬਿਲਕੁਲ ਜਨਾਬ ਔਰ ਮੂੜਾ ਗਾਧ ਕੇ ਨਾਲ ਬੱਜ ਜਨਾਬ ਹੁੱਕੇ ਤੇ ਬੈਠੇ ਤੇ ਜਨਾਬ ਮੰਜੀ ਜਿਹੜੀ ਹੈ ਨਾ ਕਿਲੋ ਦੀ ਹਣੀ ਹੋਈ ਕਿਲੋ ਦੇ ਬਾਣ ਦੀ ਹਣੀ ਉਸ ਤੇ ਬੈਠੇ ਹੋ ਜਨਾਬ ਔਰ ਜਨਾਬ ਨਾਲ ਪੱਠੇ ਦਾ ਬਾਣ ਤੇ ਦੂਈ ਗੱਲ ਅਗਲੀ ਹੁੱਕੇ ਦੀ ਨੜੀ ਜਿਹੜੀ ਭਮਾ ਕੇ ਤੁਸੀਂ ਸੂਟਾ ਵੀ ਨਾਲ ਲਾਂਦੇ ਪਏ ਲਾਂਦੇ ਪਏ ਸੋ ਇਹ 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 ਜਨਾਬ ਤੁਸੀਂ ਸਮਝ ਮਹਿਸੂਸ ਕਰੋ ਹਾਂ ਤੇ ਕੀ ਮਹਿਸੂਸ ਕਰਨਾ ਉਹਦੇ ਮਹਿਸੂਸ ਕਰਨ ਦਾ ਤਰੀਕਾ ਇਹ ਹੈ ਕਿ ਫੇਸਬੁੱਕ ਤੇ ਤੁਸੀਂ V O V F M 98.2 ਦਾ ਪੇਜ ਜਿਹੜਾ ਉਹਨੂੰ ਫਾਲੋ ਕਰੋ ਵਾਤ 2 0 92 ਹਾਂ ਵਾਤ 48 ਹਾਂ ਵਾਤ 923 ਤੇ ਲਿਖਣਾ ਕਿੱਥੇ ਸ਼ਾ ਜੀ ਦਿਲ ਦੇ ਪੰਨੇ ਦਿਲ ਦੇ ਪੰਨੇ ਤੇ ਉਲੀਖ ਲੈਣਾ ਲਿਖਣ ਤੇ ਲਿਖਣਾ ਦਾ ਤੁਸੀਂ ਉਲੀਖ ਸਤਣਾ ਤੇ ਇੰਜ ਕਰਕੇ ਉਲੀਖਣਾ ਕਿ ਵਾਤੋਂ ਮਿਟਣ ਵਾਲੀ ਗੱਲ ਕੋਈ ਨਹੀਂ ਹੁੰਦੀ ਤੇ ਰਾਜ ਜੀ ਗੱਲ ਇਹ ਕਿ ਚਲੋ ਇਹ ਤੇ ਸਜਣਾ ਤੱਕ ਸਨੇਹਾ ਸਾਡਾ ਲਾ ਦਿੱਤਾ ਸਾਂ ਅਸ਼ਾ ਜੀ ਨਾ ਮੈਂ ਆ ਰਿਹਾ ਹਾਂ ਸੋ ਹਾਂ ਤੇ ਮੇਰਾ ਕੋਈ ਨਾ ਮੈਂ ਜਲਦੀ ਆਈ ਥੋੜੀ ਜੀ ਤੇ ਮੈਂ ਕੋਈ ਪ੍ਰੋਗਰਾਮ ਤੋਂ ਲੇਟ ਹੁੰਦਾ ਪਿਆ ਸੋ ਨਾ ਤੇ ਮੇਰਾ ਕਿਦਾਈ ਸਟੈਂਡ ਜਿਹੜਾ ਹੈ ਨਾ ਉਹ ਕਿਦਾਈ ਮੈਨੂੰ ਚਾਵਣਾ ਯਾਦ ਨਹੀਂ ਰਿਹਾ ਹਾਂ ਤੇ ਮੈਨੂੰ ਕੋਈ ਮੇਰੇ ਖਿਆਲ ਇਹ ਨਾ ਇੱਕ ਵਾਰੀ ਮੈਂ ਇੱਕ ਬੰਦੇ ਦਾ ਸਾਧ ਮਤਲਬ ਉਸ ਮੈਂ ਸਦਾ ਪਿੱਛੋ ਦਿੱਤਾ ਹੈ ਲੇਕਿਨ ਮੈਂ ਨਾ ਉਹ ਖਿਆਲ ਨਹੀਂ ਕੀਤਾ ਇੱਕ ਹੋਰ ਬੰਦੇ ਸਦਾ ਦਿੱਤਾ ਹੈ ਲੇਕਿਨ ਮੈਂ ਖਿਆਲ ਨਹੀਂ ਤੀਸਰੇ ਬੰਦੇ ਦੀ ਮੈਂ ਗਾਲ ਸੁਣੀ ਕਿ ਬਾਜੀ ਸਟੈਂਡ ਚਾ ਲਾਓ ਅੱਛਾ ਅੱਛਾ ਅਸੀਂ ਨੇਕੀਆਂ ਆਪਣੇ ਮੇਰੇ ਜ਼ਿਹਨ ਮੇਰੇ ਜ਼ਿਹਨ ਦੇ ਵਿੱਚ ਸ਼ਾਹ ਜੀ ਇੱਕ ਗੱਲ ਗਈ ਹੈ ਕਿ ਦੋ ਜਿਹੜੀਆਂ ਨੇਕੀਆਂ ਹਨ ਉਹ ਹਰ ਰੋਡ ਦੇ ਉੱਤੇ ਤੁਹਾਨੂੰ ਜਨਾਬ ਮਿਲ ਸਨ ਹਰ ਬੰਦਾ ਬਾੜ ਚਾੜ ਕੇ ਉਹਦੇ ਛਿਸਲ ਐਸੀ ਭਾਈ ਜੀ ਸਟੈਂਡ ਚਾ ਲਓ ਹਾਂ ਤੇ ਦੂਆ ਤੇਰਾ ਬਾਜੀ ਤੇਰਾ ਤੂੰ ਉਤਲਾ ਵਿੱਚ ਆਵਣਾ ਅੱਛਾ ਕਈ ਵਾਰ ਥੋੜਾ ਜਿਹਾ ਖਿਆਲ ਰੱਖ ਦੇ ਨਾ ਜ਼ਾਬਤਾ اخلاق ਦਾ ਥੋੜਾ ਜਿਹਾ ਕਿ ਉਹ ਉਹ ਬੀਬੀ ਨੂੰ ਮਤਲਬੇ ਆਵਾਜ਼ ਨਹੀਂ ਮਾਰਨੀ ਜਿਹੜਾ ਅੱਗੇ ਚਲਾਉਣ ਵਾਲਾ ਉਹਦੇ ਨਾਲ ਮੋਟਰਸਾਈਕਲ ਭਾਈ ਜੀ ਬਾਜੀ ਹਰਦਾ ਨਾ ਪੁਰਾਣਾ ਚੁਕਾਲਾ ਅੱਛਾ ਇੱਕ ਹੋਰ ਗੱਲ ਜੇ ਅਗਰ ਮੈਂ ਵੀ ਮੈਂ ਆਪਣੇ ਮિજાਜ ਦੀ ਗੱਲ ਕਰਾਂ ਕਿ ਜੇ ਅਗਰ ਤੁਸੀਂ ਆਦੇ ਉਹਨਾਂ ਕਿ ਕੋਲੋਂ ਲੱਗਦੇ ਆ ਇੱਕ ਦਿਨ ਕਿ ਧਿਆ ਇਹ ਕਪੜੇ ਕੁੰਝ ਲੈ ਵੇਚ ਆਵਿਸ ਨਹੀਂ ਮੇਰੇ ਖਿਆਲ ਦੇ ਮੁਤਾਬਕ ਸ਼ਾਇਦ ਉਹ ਮਹਿਸੂਸ ਨਹੀਂ ਲੇਕਿਨ ਬਾਜ਼ ਬੰਦੇ ਸ਼ਾਜੀ ਮਹਿਸੂਸ ਕਰੰਦੇ ਨਾ ਉਹ ਨਹੀਂ ਧਿਆ ਧਿਆ ਲੱਗਦਾ ਸਮਾਂ ਆਇਆ ਮੈਂ ਚਲੋ ਧਿਆ ਮੰਡੀ ਬਾਉਦਿਨ ਮੈਂ ਮੰਡੀ ਬਾਉਦਿਨ ਤੋਂ ਮੈਂ ਤੇ ਛਣੀ ਸਕੂਟਰ ਤੇ ਲੱਗਿਆ ਹੁੰਦੇ ਆਸੇ ਜਿਸ ਲਈ ਅਸੀਂ ਹਲਾਲਪੁਰ ਨੂੰ ਨਾਂ ਨਾਂ ਦਾ ਇੱਕ ਲੋਕ ਹਾਂਜੀ ਉਹਦੇ ਕੋਲ ਅਸੀਂ ਲੱਗ ਗਿਆ ਤੇ ਜਨਾਬ ਠੜ ਦਾ ਮੌਸਮ ਆਇਆ ਹੀ ਉਹ ਥੋੜਾ ਜਿਹਾ ਗੇੜੇ ਹੋ ਚੁੱਕਿਆ ਬਲਕਿ ਬਰਖਾ ਲੈ ਬਾਰਵੇਂ ਤੇ ਛੇਕੜਾ ਤੇ ਜਨਾਬ ਉਹ ਠੜ ਛੋੜ ਲੱਗੀ ਕਿਉਂ ਚਾਦਰ ਜਨਾਬ ਥੱਲੇ ਸਾਈਡ ਪਿਛਲੀ ਪਾਸੇ ਆਈ ਤਾਂ ਕੁੱਤਰ ਕੇ ਪਰ ਮਾਰੇ ਬੜਿਆ ਮੱਠਿਆ ਵਟ ਟੁਰੇ ਹੁੰਦੇ ਆਂਦੇ ਅਸੇ ਤੇ ਜਨਾਬ ਮਾਲਕ ਦੀ ਜ਼ਾਤ ਬਚਾਇਆ ਅਸੀਂ ਲੇ ਬੈਠੋ ਸੇ ਲੇਕਿਨ ਉਹ ਚਾਦਰ ਜਿਹੜੀ ਹੈ ਨਾ ਉਹ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਚਾਦਰ ਵੱਤ ਸਿਰ ਤੇ ਉੱਤੇ ਲੈਣ ਦੇ ਕਾਬਲ ਨਾ ਰਹੀ ਸ਼ਾ ਜੀ ਇਹ ਉਹ ਵੱਤ ਕੀ ਹੋਇਆ ਨੇ ਕੀ ਦੀ ਗੱਲ ਬਕਰ ਜੀ ਜੀ ਜਿੱਥੇ ਅਸੀਂ ਖਲੇ ਹੋਏ ਉਸੇ ਨਾ ਉਹ ਸਜਣਾ ਦਾ ਫੋਨ ਹੋਇਆ ਹਮ ਜ਼ਰਬਾਂ ਇੰਜ ਲਗੀਆਂ ਨ ਪਿੰਡਾਂ ਬਾਹਂਗ ਪਰੋਣਾ ਆਏ ਹਾਏ ਹਾਏ ਉਹ ਜਨਾਬ ਚਾਦਰ ਇੰਜ ਜਿਵੇਂ ਪਰੋਣਾ ਬਿੰਦਾ ਸਾਹਮਣੇ ਘਰ ਆਈ ਤੇ ਉਹਨਾਂ ਜਿਸਲ ਤੱਕਿਆ ਨਾ ਬਸ ਸਕੂਟਰ ਬਾਜ਼ ਦੇਖ ਕੇ ਤੇ ਖਲੋ ਗਿਆ ਹਮ ਹਮ ਉੱਥੇ ਦੋ ਬੀਬੀਆਂ ਨਿਕਲੀਆਂ ਇੱਕ ਨੌਜਵਾਨ ਆਈ ਤੇ ਇੱਕ ਜ਼ੈਇਫ ਉਮਰ ਦੀ ਆਈ ਤੇ ਉਹਨੇ ਜਿਹੜਾ ਅਸੀਂ ਉਹ ਨਾ ਚਾਦਰ ਜਿਹੜੀ ਸਕੂਟਰ ਦਾ ਪਿਛਲਾ ਪਹੀਆ ਫੇਰ ਫੂਰ ਕੇ ਜਨਾਬ ਉਹ ਚੈਨ ਚੁੱਕੜਦੇ ਪਏ ਸ ਅੱਛਾ ਜੇ ਤੁਹਾਡੇ ਵੇਖਿਆ ਨਾ ਜਨਾਬ ਬਈ ਇਹ ਚਾਦਰ ਤੇ ਇਸ ਕੁੜੀ ਦੇ ਲੈਣੇ ਦੇ ਕਾਬਲ ਨਹੀਂ ਰਹੀ ਉਹ ਮਾਈ ਹੋਰੀ ਘਰ ਗਏ ਤਾਂ ਨਾ ਇੱਕ ਜਨਾਬ ਚਾਦਰ ਲੈ ਕੇ ਨਹੀਂ ਜੀ ਸੋਹਣੀ ਜੀ ਚਾਦਰ ਲੈ ਆ ਜਿਵੇਂ ਦੀ ਵੀ ਆਈ ਖਾਲਕ ਉਹਨਾਂ ਨੂੰ ਸਲਾਮਤ ਰੱਖੀ ਔਰ ਉਹਨਾਂ ਨੂੰ ਸ਼ਾਇਦ ਪੱਕ ਹੋ ਗਿਆ ਅੱਜ ਤੇ ਮੈਂ ਅਗੇ ਵੀ ਰੰਗ ਗੱਤੀ ਬਤਨਾ ਨਾ ਉਸਲੇ ਮੇਰੇ ਮੋਢੇ ਤੇ ਵੀ ਚਾਦਰ ਕਾਲੀ ਆਈ ਸ਼ਾਣੀ ਦੇ ਉੱਤੇ ਵੀ ਚਾਦਰ ਕਾਲੀ ਆਈ ਤੇ ਜਿਹੜੀ ਮਾਈ ਹੋਰੀ ਲੈ ਕੇ ਆ ਸ਼ਾਇਦ ਉਹਨਾਂ ਸਨ ਸਿਆਣ ਲਿਆ ਹਾ ਉਹ ਵੀ ਕਾਲੀ ਚਾਦਰ ਲੈ ਕੇ ਆ ਉਹਨਾਂ ਕਹਤੀ ਆ ਤੂੰ ਜਾਉਣ ਵੀ ਆ आय चादर ले ले कोशिश करे शुक्र करो बांज के कर, सिरे तो कुछ आए बाहर के ना सियाल मोड़ तो लग दिया किसी मंगता तो दे जाए, सो so, मैं आप बेता कि यह जाकर को मामला होवे तो मैं अच्छा जी मैं यकीन करो कि एक दो ऐसे ऐसे हादसे वेखे न इससे दे खास अल्लाह करीम माफ करे जड़ा तो दुपट्टा अगर आ वंजे या के बुर्का वंजे तो क्योंकि उस दा गले दे नाल रिश्ता हुंदा तलक हुंदा ਤੋ ਉਹ ਜਨਾਬ ਜਿਸ ਵਕਤ ਉਹ ਵਿਚ ਚੈਨ ਦੇ ਵਲੀਂਦਾ ਨਾ ਸਿੱਧਾ ਫਾਹ ਹੁੰਦਾ ਤੁੰਹਾਂ ਯਕੀਨ ਕਰੋ 95% ਆਦਨ ਕੇ ਮੌਤ ਹੋਵੈਂਦੀ ਤੇ ਬਚਾਓ ਦਾ ਜਿਹੜਾ ਨਾ ਜੀ ਇੱਕੋ ਤਰੀਕਾ ਹੈ ਕੁੰਝ ਕੇ ਰੱਖੋ ਜੀ ਨਹੀਂ ਕੁੰਝ ਕੇ ਰੱਖਣ ਦਾ ਵੀ ਨਹੀਂ ਹੈ ਤਰੀਕਾ ਜਿਹੜਾ ਚੇਨ ਕਵਰ ਹੈ ਨਾ ਉਹ لازਮੀ ਹੈ ਇਨਸ਼ਾਅੱਲਾ ਚੇਨ ਕਵਰ ਭੋਵੇ ਚਾਹੇ ਸਾਈਕਲ ਦਾ ਹੈ ਹਾਂ ਚਾਹੇ ਮੋਟਰਸਾਈਕਲ ਦਾ ਗੁੱਡ ਹੋ ਗਿਆ ਬੜੀ ਸੋਹਣੀ ਕਾਲ ਅੱਛਾ ਇੱਕ ਤਾਂ ਚੇਨ ਕਵਰ ਅੱਛਾ ਸ਼ਾ ਜੀ ਇੱਕ ਹੋਰ ਮੇਰੇ ਜ਼ਿਹਨ ਵਿੱਚ ਵੱਡਾ ਖਿਆਲ ਗਿਆ ਮੈਂ ਆਖਿਆ ਇਹ ਤਾਂ ਅਸੀਂ ਨੇਕੀਆਂ ਜਿਹੜੀਆਂ ਚੱਲ ਹੋ ਗਿਆ ਸਾਡਾ ਮਤਲਬ ਇਹ ਕਿ ਬਾਜੀ ਸਟੈਂਡ ਚਾ ਲਓ ਚਾ ਲਓ ਜੀ ਫਟਾਫਟ ਬਾਜੀ ਕਪੜਾ ਚਾ ਲਓ ਹਾਂ ਹੈ ਜੀ ਹੂੰ ਇਸ ਤੋਂ ਤਾਂ ਅਸੀਂ ਹੋ ਗਏ

ਉਨਾਂ ਜ ਟੇਲਾਂ ਤੋਂ ਲੈ ਕੇ ਤੇ ਜਿਹੜਾ ਮੈਡੀਕਲ ਕਾਲਜ ਨਹੀਂ ਸਾਡਾ ਹਾਂਜੀ ਉੱਥੋਂ ਤੱਕ ਰੋਡ ਡਬਲ ਹੈ तकरीबन ਇੰਨੇ ਗੱਲ ਬਾਈਪਾਸ ਤੋਂ ਸ਼ੁਰੂ ਹੋ ਪੈਂਦਾ ਔਰ ਉੱਥੋਂ ਤੱਕ ਹੈ ਕਿ ਸ਼ਾਇਦ ਡਿਫੈਂਸ ਨੇ ਕਿਸੇ ਆਪਣੇ ਕੰਮ ਵਾਸਤੇ ਬਣਾਇਆ ਕਿ ਹਾਲਾਤ ਖਰਾਬ ਹੋਣ ਤਾਂ ਉੱਥੇ ਲੈਂਡਿੰਗ ਕੀਤੀ ਜਾ ਸਕੇ ਜਾਂ ਟੇਕ ਆਫ ਕੀਤੀ ਜਾ ਸਕੇ ਮਤਲਬ ਕਿਸੇ ਮਕਸਦ ਵਾਸਤੇ ਡਿਫੈਂਸ ਬਾਬੇ اختیار ਨੇ ਕੋਈ ਮਕਸਦ ਨਹੀਂ ਉਹ ਖਾਸ ਡਿਫੈਂਸ ਵਾਸਤੇ ਬਣ ਜੀ ਉੱਥੇ ਜਨਾਬ ਤੁਸੀਂ ਅੱਜ ਵੀ ਜਾਓ ਨਾ ਤੇ ਭਾਵੇਂ ਕੋਈੜ ਵੀ ਪਈ ਹੋਈ ਹੈ ਨਾ ਤਜਾਤਕ ਜਨਾਬ ਪਿਛਲਾ ਪਈ ਉੱਤੇ ਤੇ ਅੱਗੋ ਸਕੂਟਰ ਅੰਜ ਖੜਾਇਆ ਔਰ ਵਾਤ ਸ਼ਰਤਾਂ ਲਾ ਕੇ ਹਾਂ ਤੇ ਜਿਤ ਬਲੇ ਖੁਦਾ ਮਾਫ ਕਰੇ کریم ਮਾਲਕ ਮਾਫ ਕਰੇ ਇਨਸ਼ਾ ਅੱਲਾ ਕਿਸੇ ਦੇ ਨਾਲ ਨਾ ਵਾਪਰੇ ਮੇਰੇ ਗਵਾੜਿਕ ਬੱਚਾ ਮਾਂ ਮਰੀ ਪਈ ਪ੍ਰਾਣੇ ਆਏ ਨੇ ਮਾਂ ਨੂੰ ਦਬ ਕੇ ਆ ਗਏ ਨੇ ਤੂੰ ਉਹਨੂੰ ਗਲਿਆ ਨੇ ਵਾਈ ਟੇਲਾ ਤੋਂ ਜਾ ਕੇ ਨਾ ਕੋਈ ਪ੍ਰਾਣੇ ਇਮੀਡੀਏਟ ਆ ਕੇ ਕੋਸਾਲ ਨੂੰ ਚਲਣ ਲਾਇਆ ਓਏ ਹੋਏ ਹੋ ਉਹ ਸਲੂਣਾ ਲੈਣ ਗਿਆ ਤੇ ਜਨਾਬ ਉਸ ਉਹਦਾ ਉਹ ਸ਼ਾਇਦ ਸੱਦ ਬਗਦਾ ਪਿਆ ਹੋਏ ਹੋਏ ਜਨਾਬ ਨਿਕਲਦੇ ਆ ਨਾਲ ਹੀ ਰੋਡ ਦੇ ਉੱਤੇ ਚੜਦੇ ਜਨਾਬ ਮੋਟਰਸਾਈਕਲ ਉੱਤੇ ਚਾਹ ਦਿੱਤਾ ਮੋਟਰਸਾਈਕਲ ਲਗਾ ਚਾਇਆ ਤੱਕੋ ਜਨਾਬ ala ਕੋ ਡੰਪਰ ਆਇਆ ਕਿਹੜੀ ਸ਼ਾਇਆ ਆਈ ਉਹ ਪਹੀਆ ਨਾ ਜਨਾਬ ਉਸ ਚਾਹ ਕੇ ਕੁੰਜ ਕੇ ਪਰ ਮਾਰਿਆ ਤੇ ਦਿਮਾਗ ਦੀ ਸਿਰ ਦੀ ਹੱਡੀ ਭੱਜ ਗਈ ਹਾਏ 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 ਉਹਨੂੰ ਜਨਾਬ ਚਾਹ ਕੇ ਫਟਾਫਟ ਜੈਸੇ ਇਤਲਾਮ ਮਿਲੀ ਸਕੂਟਰ ਕਿਦਾਂ ਉਹ ਛੋੜ ਕਿਦਾਂ ਖਿਲਰ ਖੁਲਰ ਗਈ ਹਰ ਸ਼ੀਅ ਉਸਦੀ ਸਿਵਲ ਹਸਪਤਾਲੇ ਚਲੇ ਆਂਦੋ ਨੇ ਤੇ ਸਿਵਲ ਹਸਪਤਾਲ ਵਾਲਿਆਂ ਕਹੇ ਬਈ ਜੀ ਸਾਡੇ ਬਸ ਦੀ ਗੇਮ ਨਹੀਂ ਇਹਨੂੰ ਜਿੰਨੀ ਜਲਦੀ ਅੱਪੜ ਸਕਦੇ ਹੋ ਉਹਨੂੰ ਲਾਹੌਰ ਲੈ ਬੱਜੋ ਕੋ ਹਸਪਤਾਲ ਉਸੇ ਕੋ ਲਾਹੌਰ ਹੀ ਹੋ ਜਾਏਗਾ ਨਾ ਉਹ ਜਿਸ ਵੇਲੇ ਲੈ ਕੇ ਉੱਥੇ ਅੱਪੜੇ ਤੇ ਜਿਸ ਵੇਲੇ ਤਕਰੀਬਨ ਜਿਸ ਵੇਲੇ ਸ਼ਦਰਾ ਕੋਲ ਅੱਪੜੇ ਨਾ ਮੋਟਰ ਵੇ ਤੋਂ ਥੱਲੇ ਲੱਥੇ ਨੇ ਸ਼ੇਖੂਪੁਰੇ ਦੇ ਸ਼ਦਰੇ ਦੇ ਕੋਲ ਅੱਪੜੇ ਨੇ ਤੇ ਉਹ ਬੱਚੇ ਦੀ ਡੈਥ ਹੋ ਗਈ ਮਾਂ ਦੀ ਮਈਤ ਦਬ ਕੇ ਆਏ ਨੇ ਦੂਜੇ ਧੜੇ ਪੁੱਤਰ ਨੂੰ ਦਫਨ ਕਰਨਾ ਪੈ ਗਿਆ ਕੀ ਲੱਦਾ ਅਸੀਂ ਆਪਣੇ ਪ੍ਰੋਗਰਾਮ ਦੀ ਵਸਾਤਤ ਦੇ ਨਾਲ ਜਨਾਬ ਰਿਕੁਐਸਟ ਕਰਸਾਂ ਗੁਜ਼ਾਰਿਸ਼ ਕਰਸਾਂ والدین ਅੱਗੇ ਵੀ ਅਤੇ ਉਹਨਾਂ ਆਪਣੇ ਬੱਚਿਆਂ ਅੱਗੇ ਵੀ ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਿ ਮਿਹਰਬਾਨੀ ਕੀਤੀ ਕਰੋ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਨਾ ਹੂੰ ਜਿਹੜੀ ਮਾਂ ਹੈ ਨਾ ਉਸ ਦੀ ਅੱਖਾਂ ਤੁਹਾਡੇ ਰਾਤ ਲੱਗਵੈਂਦੀਆਂ ਬਨੇਰੇ ਦੇ ਉੱਤੇ ਬਾਹਰ ਕਿ ਦੀਵੇ ਰੱਖ ਛੋੜਿੰਦੀ ਹੈ ਉਹ ਉਹਨੂੰ ਜਨਾਬ ਜਿਵੇਂ ਤੁਹਾਡੇ ਫੋਨਾਂ ਦੀਆਂ ਸੰਦੂ ਡੀਕਾ ਹੁੰਦੀਆਂ ਆਪਣੇ ਸਮੇਂ ਦੀਆਂ ਯਾਰ ਮਾਵਾਂ ਨੂੰ ਡੀਕਾ ਹੁੰਦੀਆਂ ਕਿ ਜਿਸ ਟਾਈਮ ਸਾਡਾ ਬੱਚਾ ਘਰ ਵੱਲਦਾ ਹੈ ਤਾਂ ਉਸ ਟਾਈਮ ਮਾਵਾਂ ਜਿਹੜੀਆਂ ਨਾ ਉਹ ਸੁੱਖ ਦਸਾ ਲੈਂਦੀਆਂ ਅੱਛਾ ਇੱਕ ਤੇ ਚਲੋ ਇਹ ਤੇ ਮਾਵਾਂ ਉਡੀਕਦੀਆਂ ਪਈਆਂ ਨੇ ਕੁਝ ਮਾਵਾਂ ਐਸੀਆਂ ਨੇ ਜਿਹੜੀਆਂ ਆਪ ਜਨਾਬ ਅੱਲਾ ਸੁਣਾ ਨਾਸ਼ਤਾ ਬਣਾ ਕੇ ਹਾਂ ਸੋਨੇ ਸਕੂਨ ਦੇ ਨਾਲ ਜਨਾਬ ਟੁੱਕਰ ਪਾਣੀ ਚਾਹ ਪੀਵਾ ਕੇ ਤਾਂ ਖਲਾਇ ਮੇਰਾ ਪੁੱਤਰ ਜਾ ਰਬ ਸੁਣਦੇ ਵਾਲੇ ਦੁਪਹਿਰੀ ਟੁੱਕਰ ਦਾ ਟਾਈਮ ਉਸੇ ਤੱਕ ਖਾ ਬੰਜੀ ਤੇ ਬੱਤ ਵੇਖੀ ਜਾਂਸੀ ਯਾਨੀ ਕਿ ਨਕੀਆਂ ਨਕੀਆਂ ਉਮਰਾਂ ਤੇ ਰਖਸ਼ਾ ਡਰਾਈਵਰ ਜਿਹੜੇ ਜਦ ਤੱਕ ਨੇ 12 12 14 14 ਸਾਲੇ ਹਾਂ ਇਹ ਵੀ ਇਹ ਵੀ ਸਾਡਾ ਨਹੀਂ ਹੈ ਲੇਕਿਨ ਸ਼ਾ ਜੀ ਇਹਦੇ ਵਿੱਚ ਥੋੜੀ ਜਿਹੀ ਇੱਕ ਹੋਰ ਵੀ ਹੈ ਲੇਕਿਨ ਕਾਨੂੰਨੀ ਤੌਰ ਤੇ ਬਹੁਤ ਵੱਡਾ ਜੁਰਮ ਹੈ ਕਿ ਤੁਸੀਂ ਅਜਿ شناਖਤੀ ਕਾਰਡ ਵੀ ਨਹੀਂ ਬਣਿਆ ਹਾਂ ਤੇ ਤੁਸੀਂ ਜਨਾਬ ਉਹਨਾਂ ਨੂੰ ਐਸੇ ਕਾਰੋਬਾਰ ਤੇ ਲਾ ਦਿੱਤਾ ਹੈ ਜਿਹੜਾ ਕਿ ਗੈਰ ਕਾਨੂੰਨੀ ਕਾਰੋਬਾਰ ਹੈ ਮਤਲਬ ਇਹ ਕਿ ਅਗਰ ਉਹਦਾ ਲਿਸੈਂਸ ਨਹੀਂ ਬਣਿਆ ਜੀ ਹ ਬੱਚੇ ਦਾ ਤਾਂ ਲਿਸੈਂਸ ਗਵਰਨਮੈਂਟ ਇਸੇ وجہ ਤੋਂ ਏਜ ਰੱਖੀ ਹੋਈ ਹੈ ਕਿ 18 ਸਾਲ ਦੇ ਬੱਚੇ ਦਾ ਮਤਲਬ ਹੈ ਲਿਮਟ ਹੈ ਕਿ ਉਹਦਾ ਲਿਸੈਂਸ ਬਣ ਸੀ ਤੇ ਇਸ ਤੋਂ ਇਹਦਾ ਮਤਲਬ ਇਹ ਹੈ ਕਿ 18 ਸਾਲ ਤੋਂ ਜਿਹੜਾ ਘੱਟ ਉਮਰ ਦਾ ਬੱਚਾ ਉਹਦਾ ਡਰਾਈਵਿੰਗ ਦਾ ਜਿਹੜੀ ਜਿਹੜਾ ਤਜਰਬਾ ਹੈ ਜਾਂ ਜਿਹੜਾ ਮਤਲਬ ਉਹਦਾ ਹੈ ਉਹ ਉਸ ਦੇ ਕਾਬਿਲ ਨਹੀਂ ਹੈ ਜਾਨਾ ਉਹਦਾ ਜਿਹੜੀਆਂ ਨਿਗਾਹਾਂ ਦਾ ਅਪਰੋਚ ਹੈ ਨਾ ਜੀ ਬਿਲਕੁਲ ਜਾਂ ਜ਼ਿਹਨ ਦੀ ਅਪਰੋਚ ਉਸ ਦੀ ਰੋਡ ਨੂੰ ਰੋਡ ਸੈਂਸ ਉਤਨੀ ਨਹੀਂ ਉਤਨੀ ਨਹੀਂ ਬਿਲਕੁਲ ਹੁਣ ਪਿਛਲੇ ੜੰਗਾਂ ਦੇ ਵਿੱਚ ਇੱਕ ਮੇਰਾ ਬੇਲੀ ਮੈਨੂੰ ਅੱਜ ਫੋਨ ਕਰਕੇ ਪਿਆਦਾ ਕਿ ਸ਼ਾਜੀ ਕੋਈ ਨਾ ਪੁੱਛੋ ਜਦ ਤੱਕ ਆ ਮੂੰਹ ਉਸੇ ਤੇ 12 13 ਸਾਲਾਂ ਦਾ ਵੀ ਨਹੀਂ ਹੋਣ ਲੱਗਾ ਨਿਕਲ ਜਾ ਕਦਾ ਉਦਾ ਤੇ ਉਹ ਜਨਾਬ ਟੇਲਾਂ ਦੇ ਉੱਤੇ ਇੱਕ ਨਾ ਯਾਰ ਇੱਕ ਮੈਂ ਬੜੀ ਨੇਕੀ ਦੀ ਗੱਲ ਦੱਸਾਂ ਤੇ ਜੀ ਦੱਸੋ ਨੀਕੀ ਦੀ ਗੱਲ ਹੈ ਕਿ ਇੱਕ ਉਥੇ ਪੈਟਰੋਲ ਪੰਪ ਹੈ ਅੱਛਾ ਉਸ ਪੈਟਰੋਲ ਪੰਪ ਦੇ ਉੱਤੇ ਬੜਾ ਮਾੜਾ ਬੰਦੇ ਵਸਦਾ ਕਾਰੋਬਾਰਾ ਉਹ ਬੰਦਾ ਉਸ ਲੇਕਨ ਅੰਜੇ ਕਿਦੋਂ ਬਿਠਾ ਬਿਠਾ ਕੋ ਮੇਰੇ ਰੰਗੇ ਕਿਸੇ ਫਕੀਰ ਆ ਕੇ ਭਲਾ ਹੋ ਵੀ ਆ ਜਿਹੜੇ ਆਲਦੋ ਵਾਲੇ ਲੋਕ ਨੇ ਨਾ ਇਹ ਪਾਣੀ ਜਿਸਲੇ ਆਉਂਦਾ ਹੈ ਨਾ ਇਸ ਦਾ ਸਰਕਾਰੀ ਮਿੱਠਾ ਪਾਣੀ ਮਿੱਠਾ ਪਾਣੀ ਤੇ ਯਾਰ ਉਹ ਮਸਾਂ ਘਰਾਂ ਦੇ ਨਾ ਪੂਰਾ ਵੀ ਨਹੀਂ ਹੁੰਦਾ ਤੇ ਯਾਰ ਤੇਰੇ ਦੇ ਪੈਟਰੋਲ ਪੰਪ ਦੇ ਵਿੱਚੂ ਦੀ ਉਹ ਪਾਈਪ ਲੱਗ ਕੇ ਲੱਗਾ ਪੈਂਦਾ ਹੈ ਹਾਏ ਹਾਏ ਤੇ ਮੇਨ ਲੱਗਾ ਪੈਂਦਾ ਹੈ ਵਾਹ ਵਾਹ ਤੇ ਯਾਰ ਜੇ ਕਦੀ ਤੂੰ ਇੰਜ ਕਰੇ ਤੇ ਉੱਤੇ ਇੱਕ ਟੂਟੀ ਲਵਾ ਵਾਹ ਇੱਕ ਤੇ ਕਿ ਆਪਣਾ ਜਿਹੜਾ ਤੇਰੇ ਬੰਦੇ ਜਿਹੜੇ ਨੇ ਮੁਲਾਜ਼ਮ ਨੇ ਇਹ ਗਲੇਨਾ ਪਾਣੀ ਲੈਣ ਵਾਸਤੇ ਇਹਨਾਂ ਨੂੰ ਮੇਂ ਜੱਟ ਲੱਗ ਪੈਂਦਾ ਹੈ ਅੱਛਾ ਇੱਕ ਤੇ ਉਹ ਟਾਈਮ ਬਚਸੀਆ एक तो ते तेन ये लोड़ न रसी इत टूटी तू कुल और भरिया तो बंदे आने जाने वाले रख वाह 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 जी वा कॉल आई कॉल आ गई है जनाब हेलो अस्सलाम वालेकुम जी वालेकुम अस्सलाम कौन थे किथू जनाब बिलाल 113 जनूबी तो जिला सरगोदा जी जी बिलाल साहब ठीक हो तुम्हारा बड़ा अच्छा हर हफ्ते सुनी जाए ते सारी टीम नु सलाम सारे सुनने वाले सलाम जनाब ਜੀ ਸਲਾਮਤ ਰਹੋ ਜੀ ਬਿਲਾਲ ਜੀ ਹੁਣ ਛੜਾ ਤੁਸੀਂ ਹਫਤੇ ਨਾਲ ਸੁਣਿਆ ਕਰੋ ਜੁਮੇ ਨੂੰ ਵੀ ਹਫਤੇ ਨੂੰ ਤੇ ਇਤਵਾਰ ਵੀ ਤਰੇ ਡੰਗ ਸੁਣਿਆ ਕਰੋ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਹੁੰਦਾ ਬਸ ਤਰੋ ਅੱਛਾ ਉਸ ਬੰਦੇ ਇਹ ਕੀਤਾ ਜਨਾਬ ਉੱਥੇ ਬਾਥਰੂਮ ਬਣਵਾ ਦਿਓ ਅੱਛਾ ਟੂਟੀਆਂ ਲਵਾਈਆਂ ਦੋ ਵਾਹ ਟੂਟੀਆਂ ਲਵਾ ਕੇ ਤੇ ਨਾਲ ਬੱਤਾਂ ਵੇਖਿਆ ਨਾ ਹਫਤਾ ਡੇਢ ਪਾਣੀ ਦੇ ਸਲੇ ਕੋਈ ਘਟ ਵੈਣਾ ਤੇ ਬੱਤ ਲੋਕਾਂ ਜਨਾਬ ਤੰਗ ਹੋਣ ਲੱਗ ਪਾਉਣ ਉਹਨ ਵਕਤ ਕੋ ਕੁਦਰਤ ਦੀ ਜਾਤ ਕੋ ਜ਼ਿਹਨ ਚ ਗੱਲ ਦਿੱਤੀ ਉਸ ਦਿਨ ਮੋਟਰ ਲਵਾ ਦਿੱਤੀ अच्छा कि जिस वेले समझ ना उते ना उते टंकी च पानी ਘਟ ਗਿਆ ਮੋਟਰ ਦਸੋ ਚ ਲੱਗਾ ਉਤੇ ਲਿਖਿਆ ਕਿ ਜੀ ਮਿੱਠੇ ਪਾਣੀ ਆਸਤੇ ਸੋਚ ਨੂੰ ਆਨ ਕਰ ਦਿਓ ਵਾਹ ਉਹ ਦਿਨ ਬਾਅਦ ਭਰੀ ਬੈਦਾ ਤੇ ਪੂਰਾ ਆਲ ਦਵਾਲ ਜਿਹੜਾ ਨਾ ਟੇਲਾਂ ਦੇ ਦੇ ਬਾਕੀ ਤੇ ਛੱਡ ਮੈਂ ਆਪਣੀ ਗੱਲ ਵੀ ਕਰਦਾ ਮੇਰੇ ਸਮੇਤ ਵੀ ਅੱਛਾ ਅਸੀਂ ਲੋਕ ਪਾਣੀ ਉੱਥੋਂ ਵਰਦੇ ਸੀ ਔਰ ਵਾਤ ਪਾਣੀ ਭਰਨ ਦਾ ਫਾਇਦਾ ਕੀ ਹੋਇਆ ਟੁੱਟੀ ਲੱਗ ਗਈ ਹੁਣ ਉਹ ਬੰਦਾ ਜਿਹੜਾ ਔਰ ਦ ਚੇਕੋਰ ਫੌਕੀਅਤ ਹੈ ਕਿ ਉਸ ਦੇ ਪੈਟਰੋਲ ਪੰਪ ਦੇ ਉੱਤੇ ਅਗਰ ਦਾ ਮੁਲਾਜ਼ਮ ਨੇ ਤੇ ਅੱਠ ਸੈਦ ਨਹੀਂ ਵਾਹ 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 ਉਹ ਬੜਾ ਤਸ਼ਾਹ ਜੀ ਪੈਟਰੋਲ ਪੰਪ ਵੀ ਤੁਹਾਡਾ ਹੋਇਆ ਨਹੀਂ ਛਾਣਿਆ ਦਾ ਬਿਲਕੁਲ ਔਰ ਬਾਤ ਅਗਲੀ ਗੱਲ ਸੁਣੋ ਜੀ ਅੱਛਾ ਜਦੋਂ ਉਹ ਬੰਦਾ ਟੂਟੀ ਵਾਲਾ ਸਿਸਟਮ ਪਾਣੀ ਵਾਲਾ ਲੈਂਦਾ ਗਿਆ ਜਨਾਬ ਅੱਜ ਹੋਰ ਕੱਲ ਹੋਰ ਅੱਜ ਹੋਰ ਦੇ ਰਾਤ ਹੋਰ ਐਸ ਵੇਲੇ ਟੇਲਾਂ ਦਾ ਸਾਰਿਆਂ ਤੋਂ ਬਿਹਤਰੀਨ ਔਰ ਜ਼ਿਆਦਾ ਪੈਟਰੋਲ ਸੇਲ ਕਰਨ ਵਾਲਾ ਪੈਟਰੋਲ ਪੰਪ ਉਸ ਬੰਦੇ ਦਾ ਵਾਹ 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 ਅੱਲਾਹ ਬਾਕ ਦੇਖੋ ਨਾ ਦਾ ਦੁਨੀਆ ਦਾ ਦੁਨੀਆ ਜਨਾਬ ਮਿਲ ਗਿਆ ਅਜਰ ਮਿਲ ਗਿਆ 70 ਤੋਂ ਬਾਅਦ ਵਿੱਚ ਮਿਲਣੀ ਹੈ ਮਿਲਣ ਨਾ ਲੇਕਿਨ ਜਿਹੜਾ ਦਾ ਠੀਕ ਹੈ ਨਾ ਕਮਾਲ ਨਹੀਂ ਹੋ ਗਿਆ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਗਨੋਰ ਕਰ ਬੈਨੇ ਆ ਜਿਸ ਲਈ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਟੁਰੀਏ ਰੱਬ ਭਾਗ ਬਖਤ ਲਾ ਦਿੰਦਾ ਹੈ ਅੱਛਾ ਇਸੇ ਤਰੀਕੇ ਇੱਕ ਹੋਰ ਇਨ ਤਾਜਰ ਲੋਕਾਂ ਦਾ ਨਾ ਸ਼ਾਹ ਜੀ ਕਈ ਬੰਦੇ ਅਗਰ ਕੋਈ ਤੁਸੀਂ ਚੀਜ਼ ਵੇਚੀ ਏ ਕੋਈ ਮਤਲਬ ਏ ਅਗਰ ਸੌਦਾ ਦਿੱਤਾ ਹੈ ਜੀ ਹਾਂ ਤਾਂ ਕਈ ਦੁਕਾਨਦਾਰ ਵਾਪਸ ਨਹੀਂ ਕਰਦੇ ਮਤਲਬ ਏ ਕਿ ਤੁਸੀਂ ਇੱਕ ਵਾਰੀ ਲੈ ਗਏ ਹੋ ਤਾਂ ਨਹੀਂ ਭਾਈ ਵਾਪਸੀ ਕੋਈ ਨਹੀਂ ਮਤਲਬ ਥੱਲੇ ਲੈ ਗਈ ਦੁਕਾਨ ਦੇ ਦਰਵਾਜ਼ੇ ਤੋਂ ਦਰਵਾਜ਼ੇ ਤੋਂ ਲੈ ਗਏ ਹੋ ਤੇ ਉਹ ਅਗਲੇ ਦਿਨ ਇੱਕ ਬਜ਼ੁਰਗ ਗੱਲ ਪਿਆ ਸੁਣਾਉਂਦਾ ਹੈ ਭਾਈ ਉਹ ਕੋਈ ਬੰਦਾ ਹੀ ਤੇ ਉਸ ਦਾ ਇੰਜ ਇੱਕ ਕਾਰੋਬਾਰ ਇੱਕ ਵਾਰੀ ਉਸ ਬਣਾਇਆ ਤੋਂ ਦੇ ਘਾਟਾ ਆ ਗਿਆ ਦੂਏ ਵਾਰੀ ਬਣਾਇਆ ਗੜ ਤਰੀਏ ਵਾਰੀ ਕਿਸੇ ਫਕੀਰ ਕੋਲ ਗਿਆ ਤੇ ਫਕੀਰ ਪੁੱਛਿਆ ਭਈ ਇਹ ਦੱਸ ਭਈ ਤੂੰ ਜਿਹੜਾ ਕੋਈ ਤੇਰੇ ਕੋਲ ਖਰੀਦਾਰੀ ਜਿਹੜਾ ਕਰਕੇ ਬੰਦਾ ਲੈ ਆਉਂਦਾ ਹੈ ਤੇ ਉਹ ਜਦਾਂ ਕੋਈ ਚੀਜ਼ ਅਗਰ ਉਹਨੂੰ ਪਸੰਦ ਨਹੀਂ ਆਂਦੀ ਜਾਂ ਕਿ ਮਤਲਬ ਕੋਈ ਅਗਰ ਕਪੜਾ ਹੈ ਤਾਂ ਛੋਟਾ ਨਹੀਂ ਕਿ ਲਾਂਦਾ ਜਾਂ ਵੱਡਾ ਜਾਂ ਇਸ ਕਿਸਮ ਦਾ ਉਹ ਤੂੰ ਤਬਦੀਲ ਕਰਦਾ ਹੈ ਜਾਂ ਨਾ ਕਰ ਸਕਦਾ ਨਹੀਂ ਜੀ ਮੈਂ ਤੇ ਲਿਖ ਕੇ ਲਾਇਆ ਹੈ ਹਾਂ ਉਹ ਸਾਕੇ ਗਲਤ ਬਾਤ ਹੈ ਹੁਣ ਅੱਜ ਤੋਂ ਹੁਣ ਜਿਹੜਾ ਤੂੰ ਕਾਰੋਬਾਰ ਸ਼ੁਰੂ ਕਰਨਾ ਹੈ ਨਾ ਕੋਈ ਤੇਰੇ ਕੋਲ ਜਿਹੜੀ ਕੋਈ ਚੀਜ਼ ਖਰੀਦ ਕੇ ਲੈ ਕੇ ਵੰਦਾ ਜਨਾਬ ਅਗਰ ਉਹ ਵਾਪਸ ਕਰਨਾ ਚਾਹੁੰਦਾ ਹੈ ਉਹਦਾ ਗਰ ਨੁਕਸਾਨ ਨਹੀਂ ਹੋਇਆ ਜਾਂ ਕੋਈ ਤਾਂ ਉਸ ਨੂੰ ਉਸ ਨੂੰ ਵਾਪਸ ਕਰ। ਲਓ ਬੰਦਾ ਦੱਸਦਾ ਹੈ ਭਾਈ ਕਿ ਮੈਂ ਜਨਾਬੇ ਕੰਮ ਸ਼ੁਰੂ ਕੀਤਾ ਤੇ ਮੈਂ ਦਿਨ ਦੁਗਣੀ ਰਾਤ ਚੁਗਣੀ ਜਨਾਬ ਬੜੇ ਤਰਕੀਆਂ ਹੋਈਆਂ ਤੇ ਬੜਾ ਮੇਰਾ ਕਾਰੋਬਾਰ ਚਮਕ ਗਿਆ। ਬਈ ਤੁਸੀਂ ਰਾਜੀ ਹਦੀਸੇ ਨਬਵੀ ਸਲੱਲ ਸਲਮ ਹਾਂਜੀ ਆ ਸਾਹੀ ਬੈਠੇ ਹੋ ਜਾਣ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ فرمایا ਕਿ ਜਿਹੜਾ ਤਾਜਰ ਜਿਹੜਾ ਦੁਕਾਨਦਾਰ ਦਿੱਤਾ ਹੋਇਆ ਸੌਦਾ ਵਾਪਸ ਲੈ ਲਵੇ ਉਹ ਬਸ਼ਾਰਤ ਦੇ ਨਾਮ ਹੈ ਕਿਉਂ ਜਨਤੀ ਕੀ ਬਾਤ ਹੈ ਠੀਕ ਹੋ ਗਿਆ ਜੀ ਵੇਖਿਆ ਇੱਕ ਸਾਹਬੀ ਵਿੱਚੋਂ ਗਾਇਬ ਹੋ ਗਿਆ ਅੱਛਾ ਉਹ ਪੰਜ ਸੱਤ ਦਾ ਦਿਹਾੜੇ ਜਨਾਬੇ ਅੱਲਾ ਵੇਖਿਆ ਤੇ ਉਸ ਉਸ ਜਨਾਬ ਬੜੀ ਬਲਾ ਕਿਸਮ ਦੀ ਦੁਕਾਨ ਬਣਾਈ ਉਸ ਤੌਰ ਦੇ ਮੁਤਾਬਕ ਜੋ ਕੁਝ ਵੀ ਆ ਜਿਸ ਦਾ ਵੀ ਉਹ ਤਾਜਰ ਬਣਿਆ ਦੁਕਾਨ ਬਣਾ ਲਈ ਉਸ ਅੱਛਾ ਉਹ ਜਿਹੜਾ ਸਵੇਰੇ ਆਵੇ ਸ਼ਾਮੀ ਲੱਗਾ ਜਾਵੇ ਤੇ ਬੜਾ ਜ਼ੁਰਦਾ ਸ਼ਾਮ ਨੂੰ ਵੱਤ ਜੇ ਕੋ ਜਨਾਬ ਕੋ ਚੰਦ ਦਿਹਾੜੇ ਗੁਜ਼ਰੇ ਨਾ ਤੇ ਜਨਾਬ ਉਸ ਦੁਕਾਨ ਬੰਦ ਕਰ ਛੱਡੇ ਅੱਛਾ ਉਹ ਜੋ ਕੁਝ ਸਮਾਨ ਹਾ ਉਹ ਰੱਲ ਲਲਾ ਵੰਡਿਓ ਸੀ ਜੋ ਕੁਝ ਬਿਕੀ ਤੇ ਉਸ ਦੁਕਾਨ ਉਸ ਬੰਦ ਕਰ ਛੱਡੇ ਕਚਾਰੀ ਦੇ رسول ਚਾਕਤ ਬੈਗ ਅੱਛਾ ਆਪ ਸੱਲੱਲਾਹੁ ਅਲੈਹ ਵਸੱਲਮ ਪੁੱਛਿਆ ਬਲਕੇ ਫਰਮਾਇਆ ਕਿ ਸੁਣਾ ਬਖਤਾਲਾ ਕਿਦਿਆਂ

जी लो जी इन्हें सारे बिलाल के भी बिलोन जी बहुत शुक्रिया तर। जी बहुत शुक्रिया जी हाँ बख्त आलिया है आखिर उसके यारसूल तुसा कि जिस दुकानदार जिस तजर को दि चीज वापस बंदा ले ला उसकी बशारत है कि बंद जनती है मैं दसा ਤੇ ਵੱਤ ਇਤਨੇ ਡੰਗ ਕਿਥੇ ਰੱਖੇ ਜੀ ਮੈਂ ਇਹੋ ਕਹੋ ਜੁੜੀ ਖਦਾ ਰਿਹਾ ਹਾਂ ਕਿਵੇਂ ਅਖੇ ਅਜੀ ਮੈਂ ਜਿਤਨੇ ਦਿਹਾੜੇ ਦੁਕਾਨ ਪਾਈ ਰੱਖੀ ਹੈ ਹਕ ਤਮ ਕੋਸ਼ਿਸ਼ ਕਰਦਾ ਮੈਂ ਬਾਕੀਆਂ ਨਾਲ ਘਟ ਦੇ ਆ ਵਾ ਦੁਆ ਮੈਂ ਆ ਦੱਸ ਕੇ ਅੱਲਾ ਕਰੇ ਕਿ ਸ਼ਾਮ ਨੂੰ ਅੱਜ ਬੰਦਾ ਕੋ ਸਮਾਨ ਦਿੱਤਾ ਹੈ ਮੇਰਾ ਵਾਪਸ ਲਾਇਆ ਵੇ ਅੱਜ ਕੋ ਲਾਇਆ ਵੇ ਅੱਜ ਕੋ ਅਖੀਰ ਮੈਨੂੰ ਨਾ ਚਾਰ ਡੰਗ ਲੱਗ ਗਏ ਨੇ ਅੱਜ ਬੰਦਾ ਆਇਆ ਉਸ ਮੈਨੂੰ ਸਮਾਨ ਵਾਪਸ ਦਿੱਤਾ ਜੇ ਤਵੇਲੇ ਦਿੱਤਾ ਸਮਾਂ ਹੁੰਦਾ ਸਮਾਨ ਰੱਖਿਆ ਮੈਂ ਉਸ ਨੂੰ ਜਿਹੜੀ ਉਹਦੀ ਜਮਾ ਪੂੰਜੀ ਆਈ ਉਹਨਾਂ ਮੈਂ ਪੈਸੇ ਦਿੱਤੇ ਵਾਪਸ ਪੈਸੇ ਵਾਪਸ ਦੇ ਕੇ ਤੇ ਬਿਸਮਿਲਲਾ ਸ਼ਰੀਫ ਪੜ ਕੇ ਨਾ ਹੂੰ ਦੁਕਾਨ ਨੂੰ ਜੰਦਰਾ ਭਾਰਿਆ ਤੇ ਜਾ ਬਾਕੀ ਆਪਣੇ ਲਗਦੇ ਲੇਦੇ ਨਾ ਕਬੀ ਇਹ ਆਏ ਕੁੰਜੀ ਨੇ ਤੇ ਜਾ ਕੇ ਕੁਝ ਆਬ ਲੈ ਲਿਓ ਕੁਝ ਰਾਇ ਲਿਲਾ ਵੰਡ ਛੱਡੋ ਮੈਂ ਤਾਂ ਤਸਦੀਕ ਹੋ ਗੇ ਵਾ 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 ਤੇ ਬਾਤ ਤੱਕ ਜੀ ਮੈਂ ਕਹਿਆ ਰਸੂਲ ਅੱਲ੍ਹਾ ਕਿ ਮੈਂ ਅੱਜੋ ਕਮ ਸਮਾਨ ਲੈ ਕੇ ਤੇ ਵਾਪਸ ਆ ਗਿਆ ਯਾਰ ਸਾਡਾ ਮਜ਼ਬ ਸਾਡਾ ਧਰਮ ਸਾਡੀ ਸੋਚ महबी लिहाज के नाल इतना कुछ है कि असी दुकानदार को दिती शायद वापस ले लीए तो सू जन्नत की बशारत है तो असी एडे बाखा है ਕਿ ਅਸੀਂ ਇੱਕ ਸ਼ੈ ਮੋੜ ਕੇ ਜੰਨਤ ਦੀ ਤਸਦੀਕ ਪਕ ਰਹੇ ਨੇ ਆ ਲੇਕਿਨ ਫਿਲ ਵਕਤ ਅਸੀਂ ਐਡੇ ਬਿਸੰਤੇ ਜੇ ਨਾ ਚੁੱਕੇ ਨੇ ਸਾਡੇ ਅਸੀਂ ਇਹ ਜਿਸ ਵੇਲੇ ਦੁਕਾਨ ਦੇ ਵਿੱਚੋਂ ਸ਼ੈ ਨਿਕਲ ਬਣੀ ਨਾ ਦਰਵਾਜ਼ੇ ਤੋਂ ਥੱਲੇ ਲੈ ਬਣੀ ਅੱਛਾ ਇਹ ਸ਼ਾ ਜੀ ਅਗਰ ਹੁਣ ਬਿਲ ਫਰਜ਼ ਕਈ ਦਫਾ ਇਹ ਜੋਂਦਾ ਕਿ ਜੁੱਤੀਆਂ ਦੇ ਜੋੜੇ ਇੱਕ ਜੁੱਤੀ 5 ਨੰਬਰ ਦੀ ਹੈ ਤੇ ਇੱਕ 4 ਦੀ ਇੱਕ ਮੈਂ ਤੁਹਾਨੂੰ ਤਬਦੀਲ ਹੋ ਗਿਆ ਅੱਛਾ ਤਬਦੀਲ ਹੋ ਕੇ ਲੱਗੇ ਬੰਦੇ ਉਹ ਵੀ ਵਾਪਸ ਨਹੀਂ ਕਰਦੇ ਬਾਕੀ ਵੇਖ ਲੈਣਾ ਸੀ ਇਹ ਮਕਸਦ ਆਖਣ ਦਾ ਇਹ ਇਹ ਅਦਨ ਜਿੱਥੋਂ ਤੱਕ ਹੁਣ ਮੈਨੂੰ ਵੱਤ ਵਿੱਚ ਗੱਲ ਤੋਂ ਗੱਲ ਜੇ ਜ਼ਹਿਨ ਚ ਆ ਗਏ ਕਿ ਜ਼ਬਾਨ ਆਪਣੀ ਮਾਦਰੀ ਜਿਹੜੀ ਹੈ ਨਾ ਉਹਦੇ ਨਾਲ ਪਿਆਰ ਸੁਨਤ ਨਬੀ ਇੰਜ ਕਰ ਫਰਜ਼ ਤੇ ਹੈ ਨਹੀਂ ਆ ਨਾ ਉਹ ਤਾਂ ਕਰਨੇ ਨਾ ਕੋ ਜਿਹੜੇ ਚਾਰ ਸਜਦੇ ਰੱਬ ਲਿਖੇ ਨੇ ਫਰਜ਼ਾਂ ਚੁੱਕ ਦੇਣੇ ਦੇਣੇ ਲੇਕਿਨ ਜਿਹੜਾ ਸਵਾਬ ਤੇ ਜਿਹੜਾ ਸਵਾਦ ਸੁਨਤਾਂ ਦਾ ਹੈ ਨਾ ਇੰਜ ਗੱਲ ਹੈ ਉਹਦਾ ਐਕਸਟਰਾ ਵੱਖਰਾ ਕੰਮ ਹੈ ਮਿਸਾਲ ਤੌਰ ਤੇ ਤੁਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਆਦੀਸਾਂ ਵੇਖੋ ਉਹਨਾਂ ਦੀ ਸੁਨਤ ਹੈ ਇੰਜ ਗੱਲ ਹੈ ਕਰੇ ਖੈਰ ਕਰਨਾ 80 ਲੋਕ ਤੇ ਜਨਾਬ ਸਾਡੇ ਤੇ ਮੱਥੇ ਤੇ ਜਨਾਬ ਐਡੀ ਤਰਤੀ ਚੌੜ ਹੋਈ ਹੋਈ ਅਸੀਂ ਕਿੰਨੀ ਕਤਰੀ ਦੋਤਾ ਬੇੜਾ ਪਾ ਕਰ ਰਹੇ ਹਾਂ ਬਸ ਅੱਲਾ ਪਾਕ ਹਿਦਾਇਤ ਦੇਵੇ ਸ਼ਾਜੀ ਸਾਰਿਆਂ ਨੂੰ ਜੀ ਅੱਛਾ ਹਾਂ ਤੇ ਉਹ ਗੱਲ ਪੇ ਕਰਦੇ ਆਸੇ ਮੈਂ ਆਖਿਆ ਭਾਈ ਇਹ ਇਹ ਜਿਹੜੀਆਂ ਨਾ ਸ਼ਾਜੀ ਇਹ ਛੋਟੀ ਤੁਹਾਡਾ ਕਾਰੋਬਾਰ ਅਗਰ ਇਹ ਇਤਨੀ ਸਾਰੀ ਗੱਲ ਤੋਂ ਹਾਂ ਅਗਰ ਤੁਹਾਡਾ ਕਾਰੋਬਾਰ ਚਮਕਦਾ ਹੈ ਤੇ ਇਹਦੇ ਵਿੱਚ ਕਿਹੜੀ ਆ ਰੇ ਮਤਲਬ ਇੱਕ ਬੰਦੇ ਨੂੰ ਅਗਰ ਨਹੀਂ ਚੀਜ਼ ਪਸੰਦ ਆਈ ਜਾਂ ਕਿ ਉਸ ਨੂੰ ਕੋਈ ਉਹਦਾ ਨੁਕਸ ਨਿਕਲ ਆਇਆ ਚੀਜ਼ ਉਹ ਸੁੱਥੇ ਨਹੀਂ ਵੇਖਿਆ ਘਰ ਵਾਂਜ ਵੇਖਿਆ ਤੇ ਮਤਲਬ ਇਹ ਸਾਬ ਕਿਤਾ ਤੇ ਤਾਜਰ ਬਰਾਦਰੀ ਅੱਗੇ ਪਿਛਲਿਆ ਡੰਗਾ ਹਾਂ ਤਾਜਰ ਬਰਾਦਰੀ ਤੋਂ ਗੱਲ ਯਾਦ ਆ ਗਈ ਉਹ ਖਿਆਈ ਜਿਹੜੀ ਉਹ ਕਮਜ਼ ਕਮਾਕ ਕੇ ਸਾਡਾ ਲੋਕਾਂ ਤੱਕ ਕਪੜਾਣਾ ਜੀ ਬਿਲਕੁਲ ਜਿਵੇਂ ਤੁਸੀਂ ਫਰਮਾਉਂਦੇ ਪੈ ਉਹਨਾਂ ਕਿ ਇੱਕ ਬੰਦੇ ਨਹੀਂ ਡਿੱਠਾ ਕਿ ਛਾਪ ਰਿਸ਼ ਕੀ ਕੀ ਕਰਤਾ ਹੋਈ ਗੱਲ ਲੈਣਾ ਅਗਰ ਉਸ ਬੰਦੇ ਨਹੀਂ ਡਿੱਠਾ ਤੁਸਬੰਦ ਦੀ ذات ਨਾ ਡਰੋ ਨਾ ਕਰੋ ਤਈ ਇਹ ਬਿਲਕੁਲ غلط ਫਹਮੀ ਹੋਈ ਦੁਕਾਨਦਾਰ ਨੂੰ ਵੀ ਹੋ ਗਈ ਲੈਣ ਵਾਲੇ ਨੂੰ ਖਰੀਦਾਰ ਨੂੰ ਵੀ ਹੋ ਗਈ ਅਰ ਮੈਂ ਤੁਹਾਨੂੰ ਦੱਸਾਂ ਕਿ ਇੱਕ ਤਾਂ ਇਹ ਮਗਾਲਤਾ ਜੀ ਅਸੀਂ ਜਾਣ ਬੁਝ ਕੇ ਕਰਦੇ ਇਹਨੇ ਮੈਂ ਜਨਾਬੇ ਅੱਲਾ ਜਿਹੜੀ ਨਿੱਕੀ ਮੰਡੀ ਨਹੀਂ ਜਿਹੜੀ ਗੋਲ ਬਾਜ਼ਾਰ ਦੇ ਨਾਲ ਜਿਹੜੀ ਇੱਥੋਂ ਅੱਗਾ ਉਹ ਸ਼ਰਬਤ ਵਾਲੇ ਚੌਕ ਦੇ ਕੋਲ ਮੈਂ ਨਿਕਲਦੀ ਹੂੰ ਹੂੰ ਉੱਥੋਂ ਮੈਂ ਟਮਾਟਰ ਲੈ ਤੋ ਜਨਾਬ ਰੋਲਾ ਪਾਇਆ ਬਾਕੀਆਂ ਨਾਲੋਂ ਧਾ ਘੱਟ ਦੱਸਦਾ ਘੱਟ ਦੱਸ ਮੈਂ ਉਹਨਾਂ ਕਹਿਆ ਯਾਰ ਕਿਲੋ ਤੋਲ ਦੇ ਕਿਲੋ ਉਸ ਮੈਨੂੰ ਤੋਲ ਦਿੱਤੇ ਨਾਮ ਵੀ ਦੱਸੀ ਵੰਜਾ ਗੱਲ ਲੈ ਕੇ ਅੱਧਾ ਨੇ ਕਿ ਅਗਰ ਤੁਸੀਂ ਕਿਸੇ ਬੰਦੇ ਦੀ ਹਸਤੀ ਦੇ ਬਾਰੇ ਚ ਦੇ ਪਾਪ ਕਜਦੇ ਹੋ ਨਾ ਤੇ ਕਰੀਮ ਮਾਲਕ ਤੁਹਾਡੇ ਕਜਦਾ ਮੈਂ ਨਾਮ ਵੀ ਦੱਸਣ ਨੂੰ ਦੱਸ ਸਕਦਾ ਇਸ ਜਿੱਤ ਵੇਲੇ ਛਾਪਰ ਦਿੱਤਾ ਮੈਂ ਪੈਸੇ ਦੇ ਦਿੱਤੇ ਲੈ ਲੈ ਮੈਂ ਲੈ ਕੇ ਤੇ ਛਾਪਰ ਸਕੂਟਰ ਦੇ ਅੱਗੇ ਟੰਗਣ ਲੱਗਾ ਤੇ ਮੈਂ ਵੇਖ ਲਿਆ ਮੈਂ ਕਿ ਯਾਰ ਵੇਖਨ ਤਾਂ ਹੀ ਕੋਈ ਵੇਖਿਆ ਤੇ ਵਿੱਚ ਘੱਟੋ ਘੱਟ ਅੱਧੇ ਤੋਂ ਬੜੇ ਜਿਹੜੇ ਨਾ ਤਰੱਕੇ ਹੋ ਜਾਣ ਹਾਏ ਹਾਏ ਮੈਂ ਉਹਨੂੰ ਵਾਪਸ ਦਿੱਤੇ ਤੁਹਾਨੂੰ ਪਤਾ ਕਿ ਆ ਕਿ ਮੈਂ ਕਿਹਾ ਬਖਤਾਂ ਵਾਲਿਆ ਵੇਖ ਮੈਂ ਜਿਹੜੇ ਤੈਨੂੰ ਪੈਸੇ ਦਿੱਤੇ ਨੇ ਹੂੰ ਇਨਾ ਚੁਕੋ ਨੋਟ ਪਟਾ ਹੈ ਤੇ ਨਹੀਂ ਅੱਛਾ ਕੋਈ ਜਾਲੀ ਤੇ ਨਹੀਂ ਕੋਈ ਸੰਤਾ ਤੇ ਨਹੀਂ ਜਿਹੜਾ 50 ਦਾ ਉਸ 50 ਦੀ ਥਾਂ ਤੇ ਲੱਗਣਾ ਜਾਂ 35 ਆਂਦਾ ਨਹੀਂ ਜੇ ਪੈਸੇ ਪੂਰੇ ਨੇ ਤੇ ਮੈਂ ਕਹ ਤੈਮੈ ਨਹੀਂ ਦੱਸਾਂ ਜਿਹੜਾ ਮੈਂ ਸਮਾਨ ਦਿੰਦਾ ਪਿਆ ਹਾਂ ਜ਼ਹੀਫ ਆਦਮੀ ਹੈ ਚਿੱਟੀ ਤੇਰੀ ਦਾੜੀ ਹੈ ਵਾਲ ਸਾ ਤੇਰੇ ਵੀ ਚਿੱਟੇ ਨੇ ਮੇਰੇ ਵੀ ਚਿੱਟੇ ਨੇ ਇਹ ਮੈਨੂੰ ਤੂੰ ਅੱਧਾ ਖਚਕਿੰਦਾ ਪਿਆ ਮੈਂ ਘਰ ਬੈਣਾ ਤੇ ਮੈਨੂੰ ਨਾ ਕਹਣਾ ਕਿ ਸ਼ਾਹ ਨਾ ਹੈ ਤੂੰ ਆਏ ਕਿ ਰੁਪਏ ਤਬਾਹ ਕਰਕੇ ਲੈ ਆਂਦੇ ਨਹੀਂ ਉਦੋਂ ਤੋ ਜੋ ਮੇਰੇ ਭਾਗ ਨਸੀਬ ਹੈ ਨੂੰ ਮੈਨੂੰ ਠੀਸੀ ਗੱਲ ਸੁਣੀ ਸੀ ਲੇਕਿਨ ਤੂੰ ਯਾਰ ਕਬਰ ਤੇਰੀਆਂ ਲੱਤਾਂ ਨੇ ਲੇਕਿਨ ਅਜੇ ਵੀ ਤੇਰੀ ਜ਼ਰਦੀ ਹਵਸ ਨਹੀਂ ਮਿੱਕੀ ਇਹ ਬਾਵੇਂ ਮੈਨੂੰ ਤਬਦੀਲ ਕਰਕੇ ਦੇ ਜਾਂ ਨਾ ਦੇ ਇਹ ਤੋਂ ਆਪਣੇ ਅਮਲ ਲਿਖਾ ਲਿਆ ਨੇ ਚਾਰ ਗਵੱਡੀ ਹੋਰ ਵੀ ਰਲ ਗਏ ਉਹਨਾਂ ਆਖਿਆ ਜੀ ਕਿਵੇਂ ਦਿੱਤੇ ਸਮਾਂ ਆਖਿਆ ਜੀ ਆ ਤਾਂ ਪਿਆ ਬਾਕੀਆਂ ਨਾਲ 20 ਘਟ ਦੇ ਸ ਤੂੰ ਇਸੇ ਮੈਂ ਇਹਦ ਕੋ ਲੈ ਲੈਣੇ ਤੇ ਉਹ ਸਾਖਿਆ ਜੀ ਸ਼ਾਦੀ ਤੂੰ ਸੰਪੋਚ ਲੈਣਾ ਬਈ ਕਿਉਂ ਦੇਸੇ ਹੂੰ ਤਾਂ ਜਗਾ ਨਹੀਂ ਹੁਣ ਮੈਂ ਤੈਨੂੰ ਬਾਕੀ ਆnde ਨਾਲ ਦੇਵਾਂ ਤੇ ਫਿਰ ਤੈਨੂੰ ਸਹੀ ਸਲਾਮਤ ਦੇ ਤਾਂ ਮੈਂ ਭਾਈ ਇਹ ਸਿੱਧ ਘੱਟ ਪੈਸੇ ਲੈ ਆਏ ਨੇ ਵੀ ਤਾਂ ਹੀ ਤੇ ਘੱਟ ਲੈ ਆਏ ਨੇ ਮੈਂ ਆਖਿਆ ਜੀ ਬਾਤ ਅੱਲਾ ਦੇ ਹੁਕਮ ਨਾਲ ਜ 13.5 ਵਾਰ ਸਾਂ ਤੇਰਾ ਕਫਨ ਲੈਣ ਵੈਣਾ ਨਾ ਉਸ ਵਲੇ ਵਿੱਚੋਂ ਚੱਪਾ ਘੱਟ ਵੈਣਾ ਭਾਵੇਂ ਜਿੰਦਾ ਵੀ ਲੰਮਾ ਪੂਰਾ ਕਰਕੇ ਲਿਆਦਾ ਨੇ ਅਸੀਂ ਜ਼ਿਹਨੀ ਤੌਰ ਤੇ ਜਿਹੜਾ ਹੈ ਨਾ ਅਸੀਂ ਬਹੁਤ ਹੀ ਪਸਤੀ ਵਾਲੇ ਪਾਸੇ ਜਾ ਰਹੇ ਹਾਂ ਸਾਡੇ ਚ ਅਹਿਸਾਸ ਮੁਕਦਾ ਜਾਂਦਾ ਹੈ ਅੱਲਾਹ ਪਾਕ ਸਾਰਿਆਂ ਨੇ کریم ਮਾਲਕ ਸਾਡੇ ਤੇ ਖਸੂਸੀ ਰਹਿਮ ਕਰੇ ਖਸੂਸੀ ਰਹਿਮ ਕਰੇ ਅਰੇ ਜੀ 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 ਇਹ ਇੱਕ ਚੀਜ਼ ਹੋਰ ਹੁੰਦੀ ਹੈ ਕਿ ਉਹ ਕਈ ਦੁਕਾਨਦਾਰ ਕਈ ਛਾਬੜੀ ਫਰੋਚ ਜਿਹੜੇ ਮਤਲਬ ਉਹ ਉਹਨਾਂ ਛਾਪ ਪਰ ਬਣਾ ਕੇ ਰੱਖੇ ਹੋ ਮਟਾ ਲੈਂਦੇ ਹੀ ਨੇ ਮਟਾ ਲੈਂਦੇ ਨੇ ਔਰ ਬੰਦੇ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਓਏ ਹੋਏ ਹੋਏ ਸ਼ੁਭਦਾਬਾਜ਼ ਲੋਕ ਕਈ ਖਲੋਤੈਨ ਬਿਲਕਿਨ ਇਨਾਂ ਗੱਲਾਂ ਦੇ ਨਾਲ ਇੰਜ ਕੀਤੇ ਆ ਬੇ ਬੜੀ ਗੱਲ ਕਾਲ ਸੁਣੋ ਤੁਹਾਨੂੰ ਬਾਤ ਇੱਕ ਜੁਮਲਾ ਦੱਸ ਹੈਲੋ ਜੀ ਕੋਈ ਕਾਲ ਆ ਰਹੀ ਸਾਡੇ ਨਾਲ ਹੈਲੋ ਜੀ ਵਾਅਲੈਕੁਮ ਅਸਲਾਮ

ਇਨਾ ਕੰਮਾਂ ਦੇ ਨਾਲ ਮੈਂ ਬੜੀ ਵਸੂਖ ਨਾਲ ਗੱਲ ਕਰੂੰ ਪਾਵੇਂ ਮੈਨੂੰ ਕੋ ਕਫਰ ਦਾ ਫਤਵਾ ਲਾਵੇ ਤਲਾ ਦੇ ਪਰਬਾਨੇ ਕੱਲ ਸੁਣਿਆ ਗਿਆ ਜੀ ਜੀ ਹੈਲੋ ਅਸਲਾਮੁਅਲੈਕੁਮ ਜੀ ਵਾਅਲੈਕੁਮ ਸਲਾਮ ਮੇਕਨ ਸਾਹਿਬ ਮੇਕਨ ਸਾਹਿਬ ਪਹੁੰਚੇ ਜਨਾਬ ਜਨਾਬ ਗੱਲ ਸੁਣ ਲਿਆ 2 ਮਿੰਟੋ ਬਹਿਕਾ ਮੁਬਾਰਕਬਾਦ ਤੋਂ ਦੇਈ ਭਾਈ ਜੀ ਫਤਿਹ ਨਾਲ ਤੁਸੀਂ ਲੋਕ ਰਹਿਤਲ ਦੇ ਕਿੱਪੜਾ ਕੀਤੀ ਹੁੰਦੇ ਹੋ ਨਾ ਹੂੰ ਮੈਨ ਲੱਗਦਾ ਇੰਜ ਇਹ 2020 ਦੀ ਕਬਜ਼ਾ ਹੋਵੇ ਸੀ ਮੇਰੇ ਬਰਾਮਦ ਸਾਡੇ ਵਾਸਤੇ ਬੜਾ ਫਖਰ ਹੋਵੇ ਜੀ 2020 ਸਾਡਾ ਆਪਣਾ ਹੈ ਜੀ ਹਾਂ ਜੀ ਬਾਕੀ ਵੀ ਸਾਡਾ ਇਹ 2020 ਤੇ ਕਬਜ਼ਾ ਹੈ ਤੁਹਾਡੇ ਜਿਹੇ ਲੋਕਾਂ ਦਾ ਮੇਕਨ ਸਾਹਿਬ ਇਹ 2020 ਤੁਹਾਡਾ ਆਪਣਾ ਹੈ ਤੇ ਹਾਂ ਬਾਕੀ ਤਰਾ ਚਾਰ ਦਿਨ ਅੱਲਾ ਕਰੇ ਸੀ ਸਾਡਾ ਕਬਜ਼ਾ ਹੋਵੇ ਸੀ ਇਹ ਪੂਰੇ ਹਫਤੇ ਤੇ ਜਿਹੜਾ ਇਹ ਪੂਰੇ ਗ੍ਰਿਫ ਹੋਵੇ ਸੀ ਬਾਕੀ ਤੁਹਾਡਾ ਪ੍ਰੋਗਰਾਮ ਉਤੇ ਬੜੀ ਗ੍ਰਿਫ ਤੇ ਅੱਲਾ ਪਾ ਬਹੁਤ ਜ਼ਿਆਦਾ ਮਤਲਬ ਇਹਨਾਂ ਸਹੀ ਮਜ਼ਬੂਤੀ ਦੇ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੋ ਤੁਹਾਡੀ ਮਿਹਰਬਾਨੀ ਇਹ ਬੜਾ ਪੰਨਾ ਹੈ ਤੁਹਾਡਾ ਇੱਕ ਗੱਲ ਮੈਂ ਹੋਰ ਕਰਨੀ ਤਾਂ ਜਿਹੜੀ ਖਾ ਹੋਰ ਗੱਲ ਪੈ ਕਰ ਰਹੇ ਨੇ ਇਹਨਾਂ ਪਾਈਏ ਦੀ ਸਾਡੇ ਅੰਦਰ ਮੁਸਲਮਾਨੀ ਨਹੀਂ ਰਹੀ ਆਜ ਕੱਲ ਇਹ ਜਿਹੜੇ ਦੁਕਾਨਦਾਰ ਹਨ ਆਹ ਦੇ ਜੀ

ਇਹ ਗੱਲਾਂ ਦਾ ਇੱਕ ਫਾਇਦਾ ਹੈ ਕਿ ਇਸਲਾਮ ਨੂੰ ਆਪਣੇ ਧਰਮ ਨੂੰ ਆਪਣੇ ਮਜ਼ਹਬ ਨੂੰ ਕਾਰੋਬਾਰ ਤੋਂ ਵੱਖ ਕਰਕੇ ਕਰਨ ਦਾ ਆਖਰੀ ਜੁਮਲਾ ਮੈਂ ਬੋਲੂਗਾ ਅਸੀਂ আচ্ছা ਭਾਵੇਂ ਤੇ ਦੁਕਾਨਦਾਰ ਮੈਂ ਉਹ ਉਹ ਹੀ ਗੱਲ ਹੈ ਮੈਨੂੰ ਇੱਕ ਤੜੇ ਮਾਰ ਸਾਹਿਬ ਕਾਲਾਈ ਜੀ ਕਰ ਆ ਰਹੀ ਹੈ ਇਹ ਬਾਤ ਜਨਾਬ ਹੈਲੋ ਹੈਲੋ ਅਸਲਾਮੁਅਲੈਕੁਮ ਜੀ ਵੈਲੈਕੁਮ ਅਸਲਾਮ ਕੌਣ ਤੇ ਕਿੱਥੋਂ ਜਨਾਬ ਜੀ ਸ਼ਰੀਮਾ ਬਹੁਤ ਖੁਸ਼ ਹਾਂ ਕਿ ਮਾਸ जी जी जी, जी 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 जा 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 जी, जी।, जी, जी 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 ना, जी 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 ਮਨੇ ਯਾਰ ਮਨੇ ਡਰ ਲੱਗ ਰਿਹਾ ਕਿ ਕਿਤੇ ਤੁਮ ਕੋ ਮੇਰਾ ਕਪੜਾ ਫੇਟਲ ਜਾਏਗਾ ਨਾ ਹਾਂ ਹਾਂ ਮੈਂ ਕਿਹਾ ਨਾ ਕਪੜਾ ਵਾਪਸ ਕਰ ਖਾਦੀ ਸੜਕੀ ਮੈਂ ਕਫਨ ਮਿਲ ਜਾਏਗਾ ਓਹ ਹੋ ਹੋ ਬਈ ਯਾਰ ਕੀ ਬਾਤ ਉਸ ਬੰਦਾ ਸਲਾਮ ਦੇ ਕਾਬਲ ਹੋ ਜੀ ਮੇਰੀ ਤਰਫੋਂ ਸ਼ਾਇਦ ਗੈਰ ਮੁਸਲਮ ਹੈ ਨਾ ਜੋ ਆਪ ਤੇ ਬਹੁਤ ਖੂਬਸੂਰਤ ਹਾਂ ਜੀ ਲੈ ਜੀ ਅਗਲੀ ਗੱਲ ਹੈ ਕਿ ਮੇਰਾ ਤੇ ਜਿਹੜਾ ਨਾ ਰਮਜ਼ਾਨ ਜੀ ਬਹੁਤ ਸ਼ੁਕਰੀਆ ਜੁੰਦੇ ਬਸਤਰ ਮੈਂ ਇੱਕ ਇਤਰਾਜ਼ ਦੀ ਗੱਲ ਕਰਾਂ ਇੱਕ ਬੜੇ ਮੁਹੱਬਤ ਕਰਨ ਵਾਲਾ ਜੀ ਹੈ ਮੈਂ ਤਬ ਇਹ ਆਇਆ ਕਪੜੇ ਮੇਰੇ ਤਸੀਮੇ ਤੱਕ ਉਸ ਪੈਸੇ ਕਦੇ ਨਹੀਂ ਲਿਆ ਅੱਲਾਹ ਉਹ ਅਦਾ ਨਹੀਂ ਸ਼ਾਜੀ ਕਪੜੇ ਮੈਂ ਨਹੀਂ ਮੈਂ ਕਿਉਂ ਉਹ ਤਾਂ ਬਸ ਮੇਰੇ ਮੁਹੱਬਤ ਹੈ ਮੇਰਾ ਦਿਲ ਕਰਦਾ ਕਿ ਮੈਂ ਤੁਹਾਨੂੰ ਕਪੜੇ ਸੀ ਕੇ ਦਿੱਤੀ ਰੱਖਾਂ ਔਰ ਵਾ ਤਗਲੀ ਗੱਲ ਜਿਹੜੀ ਕਰਦਾ ਉਹ ਬੜੀ ਵੱਡੀ ਹੈ ਬੜੀ ਭਾਰੀ ਹੈ ਅੱਛਾ ਉਹ ਤਾਂ ਤੁਸੀਂ ਆਪਣੇ ਨਾਨੇ ਦੀ ਬਾਰਗਾਹ ਚ ਇਲਤਜਾ ਕਰਕੇ ਮੇਰੇ ਹੱਥ ਦੁਆ ਕਰਾਇਆ ਕਰੋ ਬੰਦਾ ਪੁੱਛ ਕੀ ਆਖੇ ਅੱਛਾ ਜੀ ਉਹ ਕਾਰੋਬਾਰ ਦੀ ਆਖਰੀ ਮਿਸਰਾ ਜਿਹੜਾ ਜੋ ਵਲਾਜੀ ਦਿਵਜਤੋਂ ਕਈਆਂ ਮੂਮਿਨ ਸ਼ਾਹ ਨੂੰ ਪੜਾ ਆਖਣਾ ਮਸੰਤਾ ਆਖਣਾ ਨੇ ਔਰ ਕੋ ਕਾਰੋਬਾਰੀ ਅਲੋ ਯਾਰ ਸਬਰਾਹ ਸਾਹਿਬ ਇੱਕ ਦਾ ਪਤਾ ਬਣ ਕੇ ਪਾ ਦੇਣੋ ਆ ਦਿਨ ਮੁਮਿੰਨ ਸ਼ਾਹ ਮਲੂਮ ਹੈ ਜਦ ਤੱਕ ਤੂੰ ਮੈਨੂੰ ਵੀ ਕੁਟਾਉਂਗਾ ਤੇ ਆਪ ਵੀ ਚੱਲੇਗਾ ਅਈ ਤੂੰ ਨਿਕਲਦੇ ਹੀ ਸਾਈਆਂ ਤੇ ਜਾਣ ਲੈਣਾ ਕਾ ਕਾਲੀ ਚਾਦਰ ਵਾਲਾ ਲਗਾ ਪੈਂਦਾ ਨੇ ਰੱਤੇ ਬਾਹਲ ਹੀ ਸੋ ਕਾਲੀ ਚਾਦਰ ਮੈਂ ਤਾਂ ਹੀ ਅੱਗੇ ਰਵੇ ਰੰਗ ਦੀ ਗਤੀ ਵਤਨਾ ਵਟਾਈ ਵਤਨਾ ਤੁਮੇ ਕੋਈ ਸਿਝਾਉ ਮਾਰ ਲਈ ਕਰੋ ਅਬ ਸਿਝਾ ਆਪਣਾ ਕੋ ਕਰ ਲੈ ਉਹ ਅੱਜ ਕੱਲ ਉਹ ਹੈ ਉਹ ਮਾਸਕ ਜਿਹੜਾ ਹੁੰਦਾ ਉਹ ਜਿਵੇਂ ਹਾਂ ਉਹ ਉਹ ਨਾ ਢਗਿਆ ਦੇ ਨਿੱਕੇ ਨਿੱਕੇ ਵਾਲਾ ਨੂੰ ਘੱਦੇ ਹੁੰਦੇ ਆ ਅੱਛਾ ਅੱਛਾ ਜੀ ਤੁਸੀਂ ਪਾੜੀਆ ਤੇ ਸੀਮਣ ਵਾਸਤੇ ਮੈਂ ਬੈਠਾ ਅੱਛਾ ਉਹ ਜਨਾਬ ਗੱਲ ਹੋਵੇ ਆਖਰੀ ਬਾਤ ਤੇ ਕਰਸਾਂ ਇਹੋ ਜੇ ਕਾਰੋਬਾਰ ਕਰਨ ਦਾ ਇੱਕ ਫਾਇਦਾ ਹੈ ਅੱਛਾ ਉਹ ਪਤਾ ਕੀ ਫਾਇਦਾ ਇਹਨੇ ਕਬਰਾਂ ਪੱਕੀਆਂ ਬਣਵਦੀਆਂ ਹੀ ਨੇ ਹਾਂ ਹਏ 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 ਇਹੋ ਜੇ ਕਾਰੋਬਾਰ ਕਰਨ ਦਾ ਫਾਇਦਾ ਤੇ ਡਾਲਰ ਬਣ ਵੈਨਦੇ ਮਹਿਲ ਬਣ ਵੈਨਦੇ ਕਬਰਾਂ ਪੱਕੀਆਂ ਬਣ ਜਾਂਦੀਆਂ ਨੇ ਲੇਕਿਨ ਲੋਕੀਓ ਨਗਲੀਆਂ ਦੇ ਕੱਖ ਵੀ ਹੱਤ ਨਹੀਂ ਕਿ ਬੰਦਾ सूद ਖੋਰਾ ਹਏ ਹਏ ਇਹੋ ਉਹਨਾਂ ਕਬਰਾਂ ਦੇ ਵਿੱਚ ਵੱਤ ਪਤਾ ਨਹੀਂ ਜੋ ਜੋ ਕੁਝ ਹੁੰਦਾ ਹੈ ਵੱਤੇ ਨਹੀਂ ਪੁੱਛਿੰਦਾ ਕਿ ਹਾਂ ਬਈ ਤੇਰਾ دین ਕੀ ਹੈ ਤੇਰਾ ਮਨ ਰੱਬੋ ਕਾ ਮਤ ਨਬੀਓ ਕਾ ਮਨ ਇਹ ਕੋ ਅੱਲਾ ਬਤਾ ਕੋਈ ਨਹੀਂ ਹੁੰਦੀਆਂ ਇਹ ਨਗਲਾਂ ਦੇ ਪੁੱਛਣ ਤੋਂ ਪਹਿਲੋ ਹੀ ਜਿੰਨਾ ਜਿੰਨਾ ਦੇ ਨਾਲ ਤਰਕੜੀ ਵਾਲ ਦਾ ਲਾਇਆ ਹੈ ਨਾ ਹੂੰ ਹੂੰ ਉਤਰਕੜੀ ਜਿਹੜੇ ਮੋਢੇ ਤੋਂ ਦੋ ਬਿਠੇ ਨਾ ਲਿਖਦੇ ਨ ਪਏ ਅਸੀਂ ਸਭ ਤੋਂ ਵੱਡੀ ਖਾਮੀ ਸਾਡੇ ਚੜੀ ਆ ਓਵਰ ਆਲ ਗੱਲ ਪਿਆ ਕਰਦਾ ਇਸੂ ਅਸੀਂ ਜਦਣ ਵੀ ਕਿਦੋਂ ਕੋ ਭੈੜ ਕਰਨ ਲੱਗਦੇ ਆ ਨਾ ਅਸੀਂ ਸੱਜੇ ਵੀ ਵੇਦਦੇ ਐ ਸੇ ਖੱਬੇ ਵੀ ਵੇਦਦੇ ਆ ਬਵਾਕੇ ਪਿਛਾ ਮੂੰ ਕੰਢੀ ਵਾਲੇ ਪਾਸੇ ਵੀ ਤੱਕ ਲੈਣਾ ਤੇ ਸਾਹਮਣੇ ਮੂੰ ਵਾਲੇ ਵੀ ਨੂੰ ਲੇਕਿਨ ਜਿਹੜੇ ਪਾਸੇ ਵੇਖਣਾ ਹੁੰਦਾ ਉਹਦੋਂ ਅਸੀਂ ਉਤੋਂ ਛੱਤ ਕੋਈ ਨਹੀਂ ਉਤਾ ਕੋਈ ਨਹੀਂ ਵੇਦਦੇ ਤੇ ਆਪਣੀ ਸ਼ਹਿਰਾਗ ਵੀ ਨਾ ਆਵੇ ਹਾ ਉਦੋਂ ਕੋਈ ਨਾ ਵੇਦਦੇ ਜਿੱਦੂ ਵੇਦਦਾ ਪਿਆ ਅਸੀਂ ਬਾਤ ਔਰ ਜਿਹੜੀ ਚੀਜ਼ ਕਰਨ ਲੱਗਿਆ ਤੁਹਾਡਾ ਜ਼ਮੀਰ ਆਖੇ ਕਿ ਯਾਰ ਮੈਂ ਇਕੱਲਾ ਹੋਵਾਂ ਤਾਂ ਕਰ ਲਈ ਇਹਦਾ ਮਤਲਬ ਹੈ ਤੁਹਾਡਾ ਮੁਨਸਫ ਤੁਹਾਨੂੰ ਦੱਸਦਾ ਪਿਆ ਕਿ ਤੂੰ ਪੈੜ ਕਰਦਾ ਪਿਆ ਬਿਸਨਤ ਪੁਣਾ ਕਰਦਾ ਪਿਆ ਪਰ ਪਤਾ ਹੈ ਕਿ ਤੁਸੀਂ ਸ਼ੈਤਾਨ ਦੀ ਸੱਦੇ ਚ ਆਏ ਹਾਂ ਲੇਕਿਨ ਸ਼ੈਤਾਨ ਆ ਦਨਕ ਮੋਰਾ ਆਈਡਿਓ ਆਈਡੀਆਂ ਉਹਦੀਆਂ ਪੀੜੀਆਂ ਨੇ ਕਿ ਜਨਾਬ ਇੰਜ ਲਾ ਕੇ ਤਬਤ ਬੰਦਾ ਜਾਣ ਬੁਝ ਕੇ ਕੱਲ ਉਹ ਖਜੀ ਪੈੜ ਤੇ ਜੀ ਜੀ ਕਾਲ ਆਈ ਹੈ ਜਨਰ ਹੈਲੋ ਅਲੈਕਮੁਅਲੈਕਮ ਜੀ ਵਾਲੇਕਮੁਅਲੈਕਮ ਕੌਣ ਤੇ ਕਿੱਥੋਂ ਵੀਰ ਜੀ

ਮੈਂ ਅੱਲਾਹ ਜਾਣਦਾ ਆਪਣੇ ਬੇਟੇ ਨੂੰ ਕਿਹਾ ਕਿ ਬੇਟੇ ਜਦੋਂ ਪਹਿ ਲੈ ਲੈਣਾ ਹਾਂ ਚਾਰ ਦਿਨ ਰਿਡੀ ਰੱਦਣਾ ਹਾਂ ਕਿ ਜਿੱਦ ਪਹਿ ਨੇ ਹੈ ਨਾ ਉਹਦੀ ਨੂੰ ਛੇੜ ਦੇਣੀ ਕਿ ਤੂੰ ਪਹਿ ਤੂੰ ਲੈ ਲੈ ਖਾਣਾ ਸਾਰਿਆਂ ਨੇ ਕਰ ਦੇ ਨੇ ਆਹਾਂ ਵਾ ਵਾ ਅੱਲਾਹ ਦਾ ਜੀਨ ਕਰੋ ਬਹੁਤ ਅੱਛੇ ਬਾਬਾ ਜੀ ਵੀ ਦੁਆ ਕਰਨਾ ਮੇਰਾ ਅੱਲੱਬੇ ਪਾਈ ਤਨ ਪਾਕ ਤੁਹਾਡੇ ਰਿਜ਼ਕ ਚ ਬਰਕਤ ਪਾਏ ਤੁਹਾਡੇ ਵਾਸਤੇ ਤੁਹਾਨੂੰ ਅੱਲਾਹ ਪਾਕ ਸਲਾਮ ਅੱਲਾਹ ਕਰੀਮ ਤੁਹਾਨੂੰ ਸਲਾਮਤ ਰੱਖੇ ਇਹ ਐਵੇਂ ਜੇ ਲੋਕ ਹੁੰਦੇ ਐ ਮੁਆਸ਼ਰੇ ਦੇ ਬਸਤੇ ਨਾ ਤਰੀਜੀ ਅਕਰੀ ਜੀ ਅੱਛਾ ਅਛਾ ਜੀ ਆਪਣੀ ਰਹਿਤ ਲਾਲ ਪਾਸੇ ਟੁਰੀ ਹੈ ਨਾ ਤੇ ਇੱਕ ਸਾਡਾ ਕੰਮ ਇੱਥੇ ਬਹਿ ਕੇ ਅਗਾਈ ਦੇਣੀ ਜਨਬ ਆਪਣੀ ਰਹਿਤਲ ਦੇ ਵਸੇ ਵੀ ਆਪਣੇ ਵਸ ਨਹੀਂ ਜਿਹੜਾ ਸਾਨੂੰ ਪਤਾ ਹੈ ਉਹ ਦਬਾ ਦੇ ਅੱਜ ਕੱਲ ਜਨਾਬ ਗੰਨੇ ਲੋਡ ਹੋ ਕੇ ਟਰਾਲੀਆਂ ਜਾ ਰਹੀਆਂ ਆ ਗਈ ਜਨਾਬ ਜੀ ਹੈਲੋ ਯਸ ਸਲਾਮ ਅਲੈਕੁਮ ਜੀ ਵਾਅਲੈਕੁਮ ਸਲਾਮ ਕੌਣ ਤੇ ਕਿੱਥੋਂ ਬਾਜਾ ਜਨਾਬ ਕੀ ਹਾਲ ਹੈ ਠੀਕ ਹੋ

लोड होके जा रहे हैं जी हाँ काल दोबारा आ गई है जनाब हेलो जी, जी वालेकुम अस्सलाम कौन थे कित्थू जनाब जाहिद गल कर रहा नहीं जो नंदा उनंजा केल तो जी बिस्मिल्लाह माशाल्लाह प्रोग्राम से डबल चंगा जा रहे हैं जी, जी। शाहरानों में बड़ी मुबारक बात जानों में माशाल्लाह शाहराने प्रोग्राम में ये हैट्रिक कर चुकी है जी और ये हर हफ्ते होएगी जी हैट्रिक ਅੱਛਾ ਜੀ ਚਲੋ ਜੀ ਬੜੀ ਚੰਗੀ ਗੱਲ ਹੈ ਸ਼ਾਹ ਜੀ 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 ਪੰਜਾਬੀ ਦੇ ਖਿਦਮਤਗਾਰਾਂ ਦਾ ਜ਼ਿਕਰ ਜਿਵੇਂ ਤੁਸੀਂ ਅਗਲੇ ਦਿਹਾੜੇ ਕੀਤਾ ਹੈ ਹਾਂ ਨਾ ਪੱਟੀ ਸਾਹਿਬ ਦਾ ਇਸ ਤਰ੍ਹਾਂ ਮੁਖਤਲਿਫ ਖਿਦਮਤਗਾਰਾਂ ਦਾ ਜ਼ਿਕਰ ਕਰਦੇ ਰਿਹਾ ਕਰੋ ਬਹੁਤ ਸ਼ੁਕਰੀਆ ਜ਼ਾਇਦ ਜਿੱਥੋਂ ਤੱਕ ਮੇਰੇ ਖਿਆਲ ਦਾ ਹੈ ਨਾ ਅੰਦਾਜ਼ਾ ਕਿ ਜ਼ਾਇਦ ਆਪ ਵੀ ਲਿਖਾਰੀ ਹੈ ਲਿਖਾਰੀ ਕੀ ਇੱਕ ਪੰਜਾਬੀ ਦਾ ਬੜਾ ਬਿਹਤਰੀਨ ਬ੍ਰਾਡਕਾਸਟਰ ਜੇ ਅੱਛਾ ਔਰ ਪੰਜਾਬੀ ਦੀ ਪਰਵੀ ਖਿਦਮਤਦਾਰੀ ਇੱਕ ਨੁਕਰ ਪੰਜਾਬ ਦੀ अच्छा ना प्रोग्राम दा नाम है एक नुकर पंजाब अच्छा और खूबसूरत तरीके ने प्रिकरे तो अपना सोशल मीडिया पे प्रोग्राम कर एक नुकर पंजाब दी बड़ी गल है जनाब इन दी अच्छा चंद एक सज्जन जड़े नो ना, जड़े ना ते नाम जड़े विसर गए ना ते खासकर बशीर तयर साहब हां जी नसरुल्लाह के मेलन जी बिल्कुल उस तो बाद जी जफर इकबाल करोड़ वाला तो जी सुल्तानपुर तो सारी सुल्तानपुर टीवाना तो पूरी टीम है चाचा Yara जनाब सारे टब्बर नु लेके बैठा में ना द पग महूका बखालना ਮੰਜੀ ਗੱਤੀ ਚ ਵਿਚਕਾਰ ਰੱਖਿਆ ਦੋ ਮੰਜੀਆਂ ਹੁੰਦੀਆਂ ਬਲਕਿ ਉਹਦੇ ਤੇ ਨਾਲ ਆਲ ਦਵਾਲ ਦਾ ਮਲੁਖ ਇਕੱਠਾ ਹੋਵੈਂਦਾ ਜਨਾਬ ਤੇ ਨਾਲ ਧੋਣੀ ਲਾਈ ਹੁੰਦੀ ਆ ਗੋਇ ਰੱਖ ਕੇ ਤੇ ਅੱਗ ਬਾਲੀ ਹੁੰਦੀ ਆ ਅੱਛਾ ਇਹ ਇਸ ਤੇ ਨਾ ਗਰਸਾਂ ਆ ਜਾਂਦਾ ਜਿਵੇਂ ਨਾ ਕੀ ਉਹ ਉਹਦਾ ਦਾ ਸੰਿਆ ਦਿੰਦਾ ਪਿਆ ਤੁਹਾਨੂੰ ਉਹ ਪਿਆਦਾ ਕਬੀ ਉਹ ਜਿਹੜਾ ਰਾਜ ਹੈ ਨਾ ਉਹਨੂੰ ਆਖਣਾ ਕਿ ਮੇਰੀ ਤਰਫੋਂ ਤੈਨੂੰ ਪੁੱਤਰਾ ਢੇਰ ਸਰੀਆਂ ਦੁਆਈ ਅੱਲਾ ਕਰੇ ਤੇਰਾ ਰਾਜ ਸਲਾਮਤ ਰਹੇ ਵੇਖੋ ਲਫ਼ਜ਼ ਕੈਸਾ ਤੇਰਾ ਰਾਜ ਸਲਾਮਤ ਰਹੇ ਅੱਛਾ ਦੋ ਸੁਲਤਾਨਪੁਰ ਬੰਗਲੇ ਹੋਰ ਵੀ ਸਾਡੇ ਅੱਛਾ ਇੱਥੋਂ ਦੋ ਜੀ ਹੋਰ ਵੀ ਨੇ ਇੱਕ ਮਲਕ ਅਬਾਸ ਹੈ ਇੱਕ ਜ਼ੈਨ ਮਲਕ ਇੱਕ ਚਾਚਾ ਯਾਰਾ ਹੋਰੀ ਹੋ ਗਏ ਉਸ ਤੋਂ ਬਾਅਦ ਸਾਡੇ ਕੋਲ ਰਣਾ ਮੁਸ਼ਤਾਕ ਸਾਹਿਬ ਨੇ ਨਸਰੁਲਾ ਕੀ ਮੇਲਾ ਹਾਜੀ ਅਫਜ਼ਲ ਮਾਸਟਰ ਅਫਜ਼ਲ ਮਾਸਟਰ ਅਫਜ਼ਲ ਔਰ ਪੂਰੀ ਫੈਮਿਲੀ ਸਾਡਾ ਪ੍ਰੋਗਰਾਮ ਸੁਣਦੇ ਨੇ ਇਹ ਇਹ ਵਾਕਿਆ ਜਨਾਬ ਇਹ ਸਾਡੇ ਪੱਕੇ ਲਿਸਨਰ ਨੇ ਜਿਹੜੇ ਜਿਹੜੇ ਮੇਰੇ ਖਿਆਲ ਹੈ ਕਿ ਇਹ ਤੁਸੀਂ ਸਮਝੋ ਕਿ ਸਾਡੇ ਬਿਲਕੁਲ ਜਿਹੜਾ ਮੋਢੇ ਦੇ ਨਾਲ ਬੈਠੇ ਉਹਨਾਂ ਦੇ ਟੈਲਾਂ ਤੋਂ ਬਾਈ ਅਰਸ਼ਦ ਹਾਂ ਜੀ ਉਹ ਵੀ ਪ੍ਰੋਗਰਾਮ ਸੁਣਦੇ ਪਹਿਲੇ ਨਾਲ ਉਹਨਾਂ ਦੇ ਔਰ ਉਹਨਾਂ ਦੀ ਇੱਕ ਹੋਰ ਗੱਲ ਨੇ ਉਹਨਾਂ ਦੇ ਕੋਲ ਚਾਰ ਪੰਜ ਬਜ਼ੁਰਗ ਬੈਠੇ ਹੁੰਦੇ ਨੇ ਚਿੱਟੀਆਂ ਦਾੜੀਆਂ ਤੋਂ ਜਨਾਬ ਲਾ ਕੇ ਬੈਠੀ ਰੱਤਾ ਲਾਲ ਕੇ ਚਟਕੜਾ ਕੱਢਿਆ ਹੁੰਦਾ ਹੁੱਕਾ ਬਖਤਾ ਪਿਆਉਂਦਾ ਤੇ ਬਾਤ ਉਹ ਇੱਕ ਬਾਬੇ ਦੇ ਕੋਲ ਇੱਕ ਮੋਬਾਈਲ ਹੈ ਜਾਂ ਕਿਹੜੀ ਡਿਵਾਈਸ ਹੈ ਕਾਲ ਸੁਣਨਾ हेलो अस्सलाम वालेकुम जी जी वालेकुम अस्सलाम शादी के हाल जी बशीर तार अर्ज कर रहे हैं जी बिस्मिल्लाह तो बशीर जी जी वारे, हां जी शादी के हाल जी सुनाओ ठीक ठाक हो अल्हम्दुलिल्लाह बशीर तार साहब आज बड़े हां जी सब तो बड़े कर दोनों मुबारक हो और मकामों पे स्टैंड प्रोग्राम हो गए ना जी बहुत ये बड़ी अल्लाह तआला जी रहमत से बड़ा खूबसूरत प्रोग्राम होता थोड़ा

ਤੇ ਰਾਜ ਸਾਹਿਬ ਜਨਾਬ ਕਮਾਦੀ ਗੱਲਾਂ ਕਰਦੇ ਆ ਤੇ ਤੁਹਾਡਾ ਵੀ ਸ਼ਾਦੀ ਜਵਾਬ ਨਹੀਂ ਪਿਆ ਮਤਲਬ ਇਹ ਕਿ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੋਥੜੀ ਜੀ ਅਸੀਂ ਹੋ ਤਾਂ ਮੀਦਸ ਨੇ ਜੀ ਜੀ ਜਲਦੀ ਸ਼ੁਰੂ ਕਰ ਲਿਆ ਕਰੋ ਇਹ ਤਾਂ ਕਿ ਲੰਬਾ ਨਾ ਕੀਤਾ ਕਰੋ ਠੀਕ ਹੋ ਗਿਆ ਜੀ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਦੇ ਜੀ ਬਹੁਤ ਮੁਹੱਬਤਾਂ ਵੀ ਖੁਣੇ ਜਨਾਬ ਇਹਨਾਂ ਵਾਦੇ ਤਰੀਜੀ ਆਖ ਰਹੇ ਇਹ ਸਾਡੇ ਜਿਹੜੇ ਨਾ ਜਨਾਬ ਜਿੰਜ ਤੁਸੀਂ ਸਮਝੋ ਕਿ ਸਾਡੇ ਡਰਾਈਵਰ ਲੋਕ ਹੈ ਮਨੀਟਰ ਨਹੀਂ ਮਨੀਟਰ ਜੀ ਕਾਲ ਕਾਲ ਵਿੱਚ ਜੀ ਹੈਲੋ ਸੱਚ ਜਰੋਰੀ ਕਦੇ ਪੁੱਤ ਕੀ ਆ ਜਾਵੇ ਪਤਾ ਚਿਹਰਾ ਅਮਾ ਜੀ ਆ ਗਏ ਲਓ ਜੀ ਮੇਰਾ ਦਿਲ ਲਿਖੇ ਮੈਂ ਹੁਣ ਅਮਾ ਉੱਠ ਕੇ ਖਲੋ ਜਾ ਮੈਂ ਤੇ ਮੈਂ ਤੈਨੂੰ ਬismillah ਕਰਕੇ ਸਲਾਮ ਕਰਨਾ ਸੱਚ ਵਾ ਰਸ ਵਾਲੇ ਕਮ ਸਲਾਮ ਮੈਂ ਪੁੱਤ ਰਕੀ ਹਾਲਾ ਬਹੁਤ ਚਾਹ ਤੇ ਮਾ ਲਗਦੀਆਂ ਬੜੀਆਂ ਕਰਮਾਂ ਬੜੇ ਦੁਆਵਾਂ ਬਾਬਾ ਅਮਾ ਤੁਸੇ ਤੁਹਾਡੇ ਵਰਗੇ ਲੋਕ ਨਾ ਇੱਕ ਇੱਕ ਦੁਆ ਦੇਂਦੇ ਉਹਨੇ ਤੇ ਸਾਡੇ ਸਾਹ ਵੱਧ ਦੇ ਜੀ ਦਿਹਾੜੀ ਵੱਧੀ ਹੈ ਸਾਡੀ ਵੇ ਅੱਛਾ ਤੇ ਇਧਰ ਖੁਸ਼ ਹੋ ਗਿਆ ਤੇ ਤੁਹਾਡੀ ਆਵਾਜ਼ ਸੁਣ ਕੇ ਵੇ ਕਾਕਾ ਬਸ਼ੀਰ ਤਾਂ ਤੇ ਬੜੀ ਸੋਹਣੀ ਗੱਲਾਂ ਕੀਤੀ ਆਵੇ ਪੁੱਤ ਹਾਂ ਮੈਂ ਫਿਰ ਆਖਰ ਮਾਂ ਇਹ ਨਾ ਬਸ਼ੀਰ ਤਰ ਦੀ ਵੀ ਤੇ ਸਾਡੀ ਵੀ ਕਹਤ ਬੇ ਬਾਅਦਿਕਾ ਦੇ ਗੰਦਲਾ ਦੇ ਗੰਦਲਾ ਤੋੜਦੀ ਆਹ ਲੋ ਜੀ ਗੰਦਲਾ ਕੋਸ਼ਿਸ਼ ਕਰਨੇ ਆ ਜੀ ਗੰਦਲਾ ਇਨਸ਼ਾ ਅੱਲਾਹ ਗਣਾ ਸਰਾ ਕੇ ਜਾਵਾਂਗੇ ਹਾਂ ਲੇਕਿਨ ਅੱਜ ਕੱਲ੍ਹ ਦੀਆਂ ਗੱਦੜਾਂ ਕਿਹੜੀਆਂ ਨੇ ਰਾ ਸਾਗ ਹੁੰਦਾ ਜੇ ਪੱਠੇ ਅੱਛਾ ਜੀ ਬੜਾ ਐ ਸਾਗ ਲੈ ਤੂੰ ਜਿਹੜਾ ਨਹੀਂ ਉਹ ਅਸਲ ਲਚਮਾ ਲੈ ਆ ਲੈ ਆ ਨਾ ਕਿ ਕੋਲ ਰੇੜੀ ਵਾਲੇ ਕੋਲ ਤੂੰ ਮੇਜ ਤੁਰੇ ਘਰ ਲੈ ਕਟੁਰ ਗਿਆ ਨੋ ਸਾਕਾ ਬੇ ਸ਼ਾਹ ਜੀ ਤੁਹਾਨੂੰ ਬੜਾ ਸਸਤਾ ਦੇ ਛੜਣਾ ਉਹਦੇ ਕੋਲ ਬਲੈ ਤੇ ਘਰ ਗਿਓਸ ਤੇ ਨਮਰ ਕਰ ਦੇ ਪਤਾ ਕੀ ਬੱਕਰੀ ਸਟਣਾ ਪਿਆ ਨਹੀਂ ਜੀ ਬੱਕਰੀ ਨਹੀਂ ਕੀ ਉਹਨਾਂ ਕਹ ਵੀ ਇੰਜ ਲੈ ਵਣ ਤੂੰ ਤਜਾ ਕਨ ਮਸ਼ੀਨ ਪੱਠੇ ਕਤਰਨ ਵਾਲੀ ਜਿਹੜੀ ਨਾ ਉਥੋਂ ਕਤਰਾ ਕਰਾ ਲੈ ਮੈਂ ਕ ਮੈਂ ਸਾਬ ਲੈ ਲੈ ਉਹਨਾਂ ਕਹ ਜੀ ਗੱਲ ਇਹ ਕਿ ਇਸ ਤੋਂ ਬਾਅਦ ਨੇ ਥੋੜਾ ਜਿਹਾ ਚੋਖਰ ਗਤ ਲੜਨਾ ਬਸਲਾ ਕੀ ਨੇ ਖੈਰ ਤੇ ਮੈਂ ਰੀਜ ਨਾਲ ਉਹ ਮੈਨੂੰ ਪਿਆਦਾ ਦੇ ਵਿੱਚ ਬਾਥੂ ਵੀ ਹੈ ਦੇ ਵਿੱਚ ਪਾਲਕ ਵੀ ਹੈ ਔਰ ਇਹ ਦੇ ਵਿੱਚ ਤਾਂਦਲੇ ਦੇ ਵੀ ਚਾਰ ਪੱਤਰ ਨੇ ਤੇ ਤੁਸੀਂ ਪਿਆਦੀਆਂ ਸਾਰਾ ਪਟਾ ਬੁਰ ਖੈਰ ਤੇਨੇ ਤੋ ਨਾ ਖਨਾ ਉਹਨਾਂ ਕਜੀਨ ਰਾਜ ਦਾ ਰੱਸੀ ਖੋਲ ਤੂੰ ਰੱਸੀ ਖੋਲ ਕੇ ਕੀ ਤੋ ਵਾਕਿਫ ਸਭ ਤਲ ਦੇ ਉੱਤੇ ਪੱਟਾ ਵੀ ਆ ਯਾਦ ਹੁੰਦਾ ਗੰਨਾਲਾ ਤ ਦੌਰ ਤੇ ਗਿਆ ਨਾ ਟੁਰ ਅੰਮਾ ਸਾਡੀ ਉਸ ਯਾਦ ਤੇ ਕਰਾ ਛੜਿਆ ਅੱਛਾ ਇੱਕ ਮਿੰਟ ਗੱਲ ਯਾਦ ਆ ਗਈ ਜਿਹੜਾ ਅਸੀਂ ਜ਼ੁਲਮ ਕਰਦੇ ਆਂ ਆਪਣੀ ਬਾਲਾਂ ਨਾਲ ਆਪਣੀ ਧਰਤੀ ਨਾਲ अच्छा ਜਿਵੇਂ ਅੱਗੇ ਇੱਕ ਮਫਾਦੇ ਆਮਾਂ ਦਾ ਇੱਕ ਪ੍ਰੋਗਰਾਮ ਵੀ ਚੱਲਦਾ ਪਿਆ ਇਸ਼ਤਿਹਾਰ ਚੱਲਦਾ ਪਿਆ ਕਿ ਜੇ ਪੁੱਤਰ ਮਾਂ ਨੂੰ ਸੱਤ ਮਾਰਿਆ ਤੇ ਮਾਂ ਆਖਿਆ ਇੱਕ ਮਿੰਟ ਠਹਿਰੀ ਡਰਾਮੇ ਦੀ ਆਖਰੀ ਕਿਸ਼ਤ ਹੈ ਮੈਂ ਵੇਖ ਲਮਤ ਬਤ ਕਰ ਆਏ ਹੋਏ ਹੋਏ اچھا ਤੇ ਜੇ ਪਿਓ ਨੂੰ ਆਖਿਆ ਕਿ ਬੇਬਾਪਾ ਮੇਰੀ ਗੱਲ ਸੁਣੋ ਉਹਨੂੰ ਕੋ ਸਕੂਲ ਦੀ ਪ੍ਰੋਬਲਮ ਹੈ ਉਹਨੂੰ ਕੋ ਦੋਸਤਾਂ ਵਾਲੀ ਪ੍ਰੋਬਲਮ ਹੈ ਉਹਨੂੰ ਕਿਤਾਬ ਚਾਹੀਦੀ ਉਹਨੂੰ ਕੋ ਹੋਰ ਚੀਜ਼ ਚਾਹੀਦੀ ਜਾਂ ਉਹਨੂੰ ਝਟਕ ਮੁਹੱਬਤ ਦਾ ਲੰਮੇ ਚਾਹੀਦੇ ਨੇ ਤੇ ਉਹਨੂੰ ਬਤਕੀ ਪਿਓ ਪਿਆਦਾ ਕਿ ਭਾਈ ਉਹ ਪੁੱਤਰਾ 2 ਮਿੰਟਾ ਜਾ ਹੁਣ ਮੈਂ ਸਾਰੀ ਦਿਹਾੜੀ ਦਾ ਥੱਕਾ ਤਰਟਾ ਆਇਆ ਯਾਰ ਉਹ ਭਾਈ ਮਾਂ ਨੂੰ ਆਖ ਯਾਰ ਅੱਛਾ ਵਾ ਤੂੰ ਮਜਬੂਰਨ ਜਾ ਕੇ ਤੇ ਬੈਣ ਨੂੰ ਆਤਾ ਕਿ ਭਈ ਆਪਾਂ ਗੱਲ ਸੁਣੋ ਮੈਂ ਬੈਣ ਤੁਸੀਂ 2 ਮਿੰਟ ਟਾਈਮ ਦੇਸੋ ਮੇਰੀ ਗੱਲ ਸੁਣ ਸੋ ਜਾਂ ਤੁਸੀਂ ਵੀ ਮਸਰੂਫ ਹੋ ਅੱਛਾ ਉਸਾ ਕਾ ਗੋ ਕਿ ਮੈਂ ਆਪਣੇ ਕਾਲਜ ਦਾ ਕੁਝ ਲਿਖ ਪੜ ਕਰਨਾ ਹੈ ਲੇਕਿਨ ਤੂੰ ਪਹਿਲੋ ਮੇਰਾ ਤੂੰ ਨਿੱਕਾ ਵਿਰਾ ਹੈ ਮੇਰਾ ਖਿਡਾਉਣਾ ਤੂੰ ਤੇ ਮੈਨੂੰ ਦੱਸ ਕੇ ਮਸਲਾ ਅੱਛਾ ਉਸ ਵਕਤ ਗੱਲ ਸੁਣੀ ਤੇ ਜਦ ਤੱਕ ਰੋ ਪਿਆ ਉਸਾ ਕਾ ਸਾਰਿਆਂ ਤੋਂ ਵੱਡਾ ਮਸਲਾ ਤੇ ਕਿ ਮੈਂ ਰੋਜ਼ ਮਾਂ ਨੂੰ ਆਤਾ ਕਿ ਅਮਾ ਮੇਰੀ ਗੱਲ ਸੁਣੋ ਓਏ ਹਾਏ ਰੋਜ਼ ਬਾਬੇ ਨੂੰ ਆਦਾ ਬਾਬਾ ਮੈਨੂੰ ਆਦਾ ਮੈਂ ਥੱਕ ਕੇ ਆਇਆ ਤੇ ਅਮਾ ਰੋਜ਼ ਡਰਾਮੇ ਦੀ ਆਖਰੀ ਕਿਸ਼ਤ ਵੇਦੀ ਖੁਦਾਰਾ ਆਪਣੇ ਆਪਾਂ ਤੇ ਜ਼ੁਲਮ ਨਾ ਕਰੋ ਬਾਕੀ ਜ਼ਿੰਦਗੀ ਦੇ ਮਾਮਲਿਆਂ ਦੇ ਨਾਲ-ਨਾਲ ਭਾਈ ਤੁਹਾਡੂ ਠੀਕ ਹੈ ਅੱਜ ਮੀਡੀਆ ਦਾ ਦੌਰ ਹੈ ਕਦ ਦੇ ਉੱਤੇ ਯਾਰ ਭਲੇ ਦੌਰ ਵਿੱਚ ਭਾਈ ਇਲੈਕਟ੍ਰਾ ਟੀਵੀ ਲੈ ਕੇ ਆਏ ਉਸ ਨਾਲ ਤੇ ਮੇਰੀ ਤਬੀਅਤ ਬਹਾਲ ਹੋ ਗਈ ਐਡਾ ਕੁ ਮਗਾ ਓਏ ਹੋ ਤੇ ਹੁਣ ਓਤਣੇ ਵਿੱਚ ਭਾਈ ਜਾਨ ਪੂਰੀ ਕਦ ਦੇ ਉੱਤੇ ਪੂਰੀ ਭਾਈ ਤਾਂ ਸੋਚ ਵੀ ਨਾ 14 ਇੰਚੀ ਤੋਂ ਵੱਧ ਗੱਲ ਹੀ ਕੋਈ ਨਾ ਇੰਜ ਗੱਲ ਹੈ। ਔਰ ਹੁਣ ਪੂਰੀ ਪੂਰੀ ਕਾਹਦੇ ਤੇ ਉੱਤੇ ਜਿਹਨਾਂ ਪਹਿਲਾਂ ਪੂਰਾ ਉੱਪਰ ਮਲੂਮ ਨਹੀਂ ਜਾਂਦਾ ਬੰਦਾ ਉਸ ਦੇ ਨਾਲ ਖਲੋਵੇ ਨਾ ਤੇ ਜਿਹੜਾ ਵਿੱਚ ਸਾਹਮਣੇ ਬੰਦਾ ਦਿਸਦਾ ਪਿਆ ਨਾ ਤੇ ਉਹ ਮੇਰੇ ਨਾਲ ਹੋ ਸਕਦਾ ਹੈ ਤਰਾਏ ਗਾਜ਼ੂ ਚੇੜੜਾ ਹੋਵੇ। ਇਸ ਦੇ ਬਾਵਜੂਦ ਇੱਕ ਅਸੀਂ ਹੋਰ ਵੈਲ ਕਰਦੇ ਹਾਂ ਜਿਹੜਾ ਰਾਜ ਜੀ ਜੀ ਔਲਾਦ ਨੂੰ ਪਤਰੀਆਂ ਨੂੰ ਬਣਿਆਂ ਨੂੰ ਆਪਣੇ ਆ ਦੋਸਤਾਂ ਦੇ ਬੱਚਿਆਂ ਨੂੰ ਜਿਵੇਂ ਮਿਸਾਲ ਦੇ ਤੌਰ ਤੇ ਰਾਜ ਬੇ ਬਈਨਾ ਤੁਹਾਡੇ ਨਾਲ ਜੀ ਬਿਲਕੁਲ ਤੁਹਾਡਾ ਬੱਚਾ ਹੈ ਤੁਹਾਡਾ ਪੋਤਰਾ ਹੈ ਤੁਹਾਡਾ ਦੋਤਰਾ ਹੈ ਜਾਂ ਤੁਹਾਡਾ ਛੋਟਾ ਕੋਈ ਅਜ਼ੀਜ਼ ਹੋ ਮੇਰੇ ਕੋਲ ਆਉਂਦਾ ਹੈ ਨਾ ਤੇ ਮੈਨੂੰ ਉਸ ਬੱਚੇ ਵਾਸਤੇ ਮੁਸਤਕਿਲ ਬਿੱਲ ਵਾਸਤੇ ਕਾਲ ਲਵੋ ਨਾ ਜੀ ਕਾਲ ਲੇ ਬੜੀ ਗੌਰ ਦੀ ਗੱਲ ਹੀ ਨੇ ਹੈਲੋ ਅਸਲਾਮੁਅਲੈਕਮ ਜੀ ਵਾਅਲੈਕਮ ਅਸਲਾਮ ਲਾਰੀ ਅਡੇ ਵਾਲੇ ਮਾਰ ਮਮਲੀ ਸਾਹਿਬ ਨਾਲ ਮਿਲ ਜਵਾਂਗੇ ਜੀ ਲੱਗਦੀ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੇਚਾਰਾ ਹੋ ਗਈ ਸਾਜੀ ਤੁਹਾਨੂੰ ਮਾਲਕ ਤੁਹਾਨੂੰ ਸਲਾਮਤ ਜੀ ਬਿਲਕੁਲ ਬੇਚਾਰਾ ਹੋ ਗਈ ਜੀ ਬਚਾਅ ਕਰ ਬਚਾਅ ਕਰਨੇ ਪ੍ਰੋਗਰਾਮ ਜੀ ਬਹੁਤ ਸ਼ੁਕਰੀਆ ਪਹਲਾ ਹੋਣੇ ਜੀ ਬੜੀਆਂ ਬੜੀਆਂ ਸੋਹਣੀਆਂ ਕਿੰਨੀਆਂ ਬੜੀਆਂ ਚੰਗੀਆਂ ਲੋ ਜੀ ਅੱਲਾਹ ਕਰੇ ਇਹਨਾਂ ਦੇ ਉੱਤੇ ਕੋਈ ਅਮਲ ਕਰ ਲਵੇ ਤੇ ਉਮੀਦ ਹੈ ਕਿ ਸਾਡੀ ਬਖਸ਼ਿਸ਼ ਦਾ ਵਸੀਲਾ ਬਣੇ ਸਾਜੀ ਅਮਲ ਕਰਨਗੇ ਜਿੰਨੇ ਕਲਮਾ ਪੜ੍ਹਿਆ ਤੇ ਕਰੇਗਾ ਜੀ ਬਹੁਤ ਸ਼ੁਕਰੀਆ ਬਿਸਮਿਲਲਾ ਬਿਸਮਿਲਲਾ ਬੜੀ ਬੜੀ ਬਾਤ ਹੈ ਜਨਾਬ ਅੱਛਾ ਜੀ ਰਾਜ ਜੀ ਹਾਂ ਜੀ ਜੀ ਜਦੋਂ ਵੀ ਕਿਸੇ ਬੱਚੇ ਨੂੰ ਹੈਲੋ ਸਤ ਸ੍ਰੀ ਅਕਾਲ ਜੀ ਜੀ ਵਾਲੇਕੁਮ ਸਲਾਮ ਕੌਣ ਤੇ ਕਿੱਥੋਂ ਵੀਰ ਜੀ ਕੀਮਾ ਕਰਦੇ ਲੇਟ ਹੋ ਗਿਆ ਹਨ ਮੇਰੇ ਖਿਆਲ ਅਜੀ ਬਾਸ਼ਾ ਪ੍ਰੋਗਰਾਮ ਸੰਧਰ ਹੈ ਅੱਜ ਬੜੀਆਂ ਸੋਹਣੀਆਂ ਗੱਲਾਂ ਆਇਆ ਤੇ ਬੜੋਰੇ ਵੀ ਦੋਵੇਂ ਆਏ ਨੇ ਅੱਲਾ ਖੈਰ ਕੀ ਤੇ ਜੀ ਆਈਂਦਾ ਜੁਮਾ ਹਫਤਾ ਇਤਵਾਰ ਤਰੇ ਡਾਂਗਾ ਬਸਾ ਕਰ ਸਾ ਜੀ ਠੀਕ ਹੈ ਮੈਂ ਕਿਸ਼ਾ ਆ ਰਿਹਾ ਹਾਂ ਫਲਸਲਾਮ ਦਵਾਤ ਜੀ ਭਲਾ ਹੋਵੇ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਅਸੀਂ ਆਪਣੇ ਬਾਲਾਂ ਨਾਲ ਜ਼ੁਲਮ ਪਤਾ ਕੀ ਕਰਦੇ ਹਾਂ ਜਿਹੜਾ ਅਸੀਂ ਆਪ ਬੱਚਿਆਂ ਨੂੰ ਤਖਰੀਬਕਾਰ ਜ਼ਹਿਨ ਦਿੰਨੇ ਅਸੀਂ ਆਪ ਉਹਨਾਂ ਨੂੰ ਪਿਸਤੌਲ ਚਲਾਉਣ ਦਾ ਬੰਦੂਕ ਚਲਾਉਣ ਦਾ ਬਲ ਸਿਖਾਉਂਦੇ ਹਾਂ ਖੁਦਾਰਾ ਆਨ ਮੀਡੀਆ ਆਨ ਕੈਮਰਾ ਆਨ ਮਾਈਕ ਇਹ ਮੈਂ ਗੱਲ ਕਰਨਾ ਕਿ ਖੁਦਾ ਦੇ ਵਾਸਤੇ ਜੇ ਕੋਈ ਤੁਹਾਡਾ ਕਿਸੇ ਵੱਡੇ ਦਾ ਤੁਹਾਡੇ ਜ਼ਿਹਨ ਵਿੱਚ ਕੋ ਖੌਫ ਕੋ ਮੁਹੱਬਤ ਕੋਈ ਪਿਆਰ ਹੈ ਸਲੂਕ ਇਹਦੇ ਤੇ ਨਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਆਪਣੇ ਬਾਲਾਂ ਨੂੰ ਅਸਲਾ ਨੁਬਾਖੇ ਡਾਉਣੇ ਲੈ ਕੇ ਨਾ ਦਿੱਤੇ ਕਰੋ ਇਹ ਦਵਰੀਣਾਂ ਤੇ ਜਿਹੜਾ ਚੈਨਾ ਦੇ ਪਿੱਛੇ ਵੀ ਬਿਲਕੁਲ ਭਾਵੇਂ ਜਿੱਦਾ ਵੀ ਹੈ ਅਸੀਂ ਆਪ ਉਸ ਬੱਚੇ ਨੂੰ ਵੱਲਪਰ ਦੱਸਦੇ ਹਾਂ ਤੇ ਵੱਧ ਤੋਂ ਜਦ ਤੱਕ ਜਿਨ੍ਹਾਂ ਦੇ ਕੋਲ ਠੁਸ ਠਸ ਵਾਲਾ ਮਾਲ ਆਵਿੰਦਾ ਨਾ ਰਬੜ ਦੀਆਂ ਵਿੱਚ ਗੋਲੀਆਂ ਜਿਹੀਆਂ ਆਉਂਦੀਆਂ ਨੇ ਉਹ ਵਾਤੇ ਕੀ ਦੂਜੀ ਨੂੰ ਮਰਿੰਦੇ ਨੇ ਜੀ ਕੌਣ ਜੀ ਚੋਰ ਸਿਪਾਈ ਖੇਡ ਰਹੇ ਆਏ ਫਲਾਣਾ ਜੋਕਾ ਜੋ ਟੀਵੀ ਤੇ ਵੇਦਦੇ ਨੂੰ ਅੱਛਾ ਅੱਛਾ ਜੀ ਮੈਨ ਨੇ ਗੱਲ ਇੱਥੇ ਯਾਦ ਆ ਗਈ ਇਸੇ ਤੋਂ ਭਾਈਓ ਕਾ ਲੈ ਲਵੀਏ ਜਨਾਬ ਹੈਲੋ जी वालेकुम वाले अस्सलाम कौन थे कित्थू जनाब बहुत अच्छा प्रोग्राम बना रहे हैं जी जरा सुन के किसी की येरी सरफराज चदर जी, जी मेहरबानी चदर साहब सरफराज चदर साहब के हाल है तोड़े आज मेरे ख्याल है काफी तोड़ी है नाराजगी नहीं हो गई हां वाकई हो जन के अहसास में भी पता चदर साहब मेहरबानी नहीं लगनी आज नहीं लगनी जी मालिक तानो मेहरबानी जी चदर साहब बहुत अच्छा 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 ਆਪਣੇ ਬੱਚਿਆਂ ਦਾ ਮਸਤਕਬਲ ਆਪ ਨਾ ਬਜਾਇਓ ਉਹ ਤੋਂ ਮੈਂ ਗੱਲ ਸੁਣਾ ਰਿਹਾ ਸੁਸ਼ਾ ਜੀ ਨਹੀਂ ਕਿਉਂ ਦੀ ਹਾਂ ਨਹੀਂ ਨਹੀਂ ਸਾਡੇ ਮਹੱਲੇ ਦੀ ਇੱਕ ਗੱਲ ਹੈ ਤੇ ਉਹ ਮੇਰੀ ਬੀਬੀ ਸੁਣਾ ਰਹੀ ਹੈ ਜੀ ਬਈ ਉਹ ਕਿਸੇ ਘਰ ਗਿਆ ਹੈ ਨਾ ਤੇ ਉੱਥੇ ਗੁਰਾਲਾ ਪੇ ਹੋਇਆ ਜਨਾਬ ਇਹਦਾ ਇਹ ਤੇ ਮੇਰੇ ਖਲ ਦੂਹਾਂ ਧਿਆੜਾ ਆਈ ਹੈ 3 ਧਿਆੜਾ ਆਈ ਤੇ ਉਹ ਪੁੱਛਿਆ ਬਈ ਰੋਲਾ ਕਿਆ ਉਸ ਆ ਕੇ ਬਈ ਉਹ ਬੱਚੇ ਨੂੰ ਨਾ ਪਿਸਤੌਲ ਲੈ ਕੇ ਦਿੱਤਾ ਨੇ ਤੇ ਉਹ ਜਿਹੜਾ ਹੈ ਨਾ ਜਨਾਬ ਉਸ ਪਿਸਤੌਲ ਦੀ ਤਾਦਾਦ ਨੂੰ ਸਿੱਧਾ ਹਾਈ ਸ਼ਬਦ ਤੇ ਦਾਦਾ ਜਿਹੜਾ ਦਿਆੜਾ ਕਬੜੀ ਕਿ ਘਰ ਰੋਟੀ ਨਹੀਂ ਪੇਖਾਂਦਾ ਭਈ ਇਹਨਾਂ ਬੱਚਿਆਂ ਨੂੰ ਜਿਹੜਾ ਨਾ ਜਨਾਬ ਹੁਣ ਹੁਣੇ ਨਾ ਸੰਦ ਗੋਲੀਆਂ ਮਾਰਦੀਆਂ ਨਹੀਂ ਨਹੀਂ ਤੇ ਕਿਸੇ ਹੱਦ ਤੱਕ ਵੇਖੋ ਨਾ ਉਹ ਦਾਦਾ ਦਾ ਮੈਂ ਆਖਿਆ ਬਈ ਗੱਲ ਤਾਂ ਠੀਕ ਉਹ ਤਾਂ ਰਸਣਾ ਬਣਦਾ ਹੈ ਉਹ ਦਾ ਉਹ ਦਾਦਾ ਜਿਹੜਾ ਨਾ ਹਾਂ ਉਸ ਦਾਦੇ ਦੇ ਬਚਪਨ ਤੇ ਜਾਓ ਤੇ ਉਹਨਾਂ ਦੀ ਜੁਰਤ ਕੋਈ ਨਹੀਂ ਜੁਰਤ ਕੋਈ ਨਹੀਂ ਆਈ ਅੱਛਾ ਉਹ ਦਾਦਾ ਜਿਹੜਾ ਉਸ ਜਨਾਬ ਇਲਜ਼ਾਮ ਕਿਸ ਤੇ ਧਰੇ ਆਵੇਂ ਨਮਾ ਸਿਖਾਇਆ ਇਹ ਦਿਮਾਗ ਮੈਂ ਆਦਾਂ ਕਿਉਂ ਦਿਮਾਗ ਆ ਵੀ ਓਤਨੇ ਕਸੂਰੇ ਤੋਂ ਦੇ ਪਿਓ ਦਾ ਵੀ ਜਿੰਨਾ ਰੁਪਏ ਬਚਾ ਕੇ ਸੋਹਣੀ ਬੱਚੇ ਨੂੰ ਜਨਾਬ ਅੱਲਾ ਉਹ ਅੰਗਰੇਜ਼ੀ ਫਿਲਮਾਂ ਦੀ ਗੱਲ ਕੀਤੀ ਆਈ ਕਿ ਸਾਡੇ ਦੌਰ ਉਹ ਹਾਈ ਕਿ ਪਿਓ ਬੈਠੋਆ ਨਾ ਜਿਸ ਮੰਜੀ ਤੇ ਜੁਰਤ ਨਹੀਂ ਹੁੰਦੀ ਸਾਡੀ ਜੁਰਤ ਨਹੀਂ ਹੁੰਦੀ ਕਿ ਲਤਾਂ ਦੀ ਬੈ ਵੰਦੀ ਹੈ ਮੰਜੀ ਤਾਂ ਬਾਣ ਦੀ ਗੱਲ ਕੋਈ ਨਹੀਂ ਹਾਂ ਤੇ ਹੁਣ ਹੁਣ ਸ਼ਾਹ ਜੀ ਉਸੇ ਮੰਜੀ ਤੇ ਬਹਿ ਕੇ ਤੇ ਇੱਕ ਵਾਰੀ ਪਿਓ ਲੈੰਦਾ ਪਿਆ ਤੇ ਇੱਕ ਵਾਰੀ ਅੱਛਾ ਵਾਤ ਡਿੰਗਾ ਚੀਰ ਕੱਢਣ ਦੀ ਜੁਰਤ ਨਹੀਂ ਆਈ ਹਾਂ ਉਸੇ ਸਾਡੇ ਦੌਰੇ ਸਬਾਤ ਬਿਚੂ ਆ ਬਿਚਕਾਰੂ ਚੀਰਾਂ ਦਾ ਡਿੰਗਾ ਜਿਹੜਾ ਡਿੰਗਾ ਚੀਰ ਕੱਢਿਆ ਉਹ ਅਗਰ ਕੱਢੇ ਵੀ ਆ ਤਾਂ ਚੋਰੀ ਕਾੜ ਕੇ ਕੋਈ ਸਕੂਲ ਸ਼ਕੂਲ ਅਲਵੰਦ ਹੋਵੇ ਤਵੰਦੋ ਕਾਲ ਆ ਰਹੀ ਮੇਰੇ ਖਿਆਲ ਲਈ ਸ਼ਾਹ ਜੀ ਜੀ ਕਾਲ ਹੈਲੋ हेलो जी वालेकुम कौन थे कि जनाब मैं मोहम्मद इकबाल कर का रहे हैं सरगोदा गरीजन हलाल गरीजन तो जी एक बार जी बिस्मिल्लाह से ये थोड़ा प्रोग्राम बड़ा अच्छा चल रहा है ते बड़ा मजा आ रहा है जी बड़ी मेहरबानी जनाब ते थोड़े सवाल का जवाब दे, दे सकते हैं जी जी बिस्मिल्लाह जी ये सवाल का जवाब है जी दादा पोता और पोते का बाप ਹੂੰ ਬਹੁਤ ਅੱਛੇ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਜੀ ਲਓ ਜੀ ਬਹੁਤ ਮਿਹਰਬਾਨੀ ਦੇਖੋ ਨਾ ਰਾਜ ਜੀ ਕਸੂਰ ਉਸ ਦੇ ਜੱਤਕ ਦਾ ਘਟ ਹੈ ਜਿੰਨਾ ਲੈ ਕੇ ਦਿੱਤਾ ਹੈ ਬੜਾ ਕਸੂਰ ਉਹਨਾਂ ਦਾ ਕਿਉਂ ਜੱਤਕ ਨੂੰ ਉਹ ਕੜਮਿਆ ਉਹ ਕੋ ਨੂੰ ਕਲਮ ਲੈ ਦਿਓ ਉਹਨੂੰ ਕੋ ਪੈਨਸਲ ਲੈ ਦਿਓ ਉਹਨੂੰ ਕੋ ਪੜਨ ਲਿਖਣ ਵਾਲੀ ਚਾਹ ਲੈ ਦਿਓ ਉਹਨੂੰ ਕੋ ਇੰਜ ਦੀ ਚੀਜ਼ ਯਾਰ ਕੋ ਪੁਰਾਣਾ ਕਬਾੜ ਚੋਂ ਉਹਨੂੰ ਕੋ ਕੰਪਿਊਟਰ ਲੈ ਦਿਓ ਉਹਨੂੰ ਕੋ ਤਰੁੱਟੀ ਭੱਜੀ ਵੈਗਨ ਬਸ ਜਿਹੜੀ ਹੈ ਨਾ ਕਬਾੜ ਚੋਂ ਉਹ ਲੈ ਕੇ ਤੂੰ ਨਾ ਆਖੋ ਕਿ ਪੁੱਤਰਾ ਵੇਖੇ ਬਣੀ ਕਿਵੇਂ ਆਈ ਤੇ ਵੀਲ ਪਈ ਕਿਵੇਂ ਫਿਰਦੇ ਪੈਨੇ ਆਈ ਤੇ ਇੱਥੇ ਇੱਕ ਨਿਕੂ ਜਿਹਾ ਡਰਾਈਵਰ ਵੀ ਪਲਾਸਟਿਕ ਦੀ ਹਰਸ਼ ਬਣੀ ਉੱਤੇ ਹੁੰਦੀ ਵੱਤ ਬੱਚਿਆਂ ਵਾਸਤੇ ਮਿਲਦੀਆਂ ਹੈ ਚੀਜ਼ਾਂ ਜਿਹਦੇ ਵਿੱਚੋਂ ਉਹ مختلف ਛੋਟੇ ਛੋਟੇ ਪੀਸ ਹੁੰਦੇ ਨੇ ਉਹਨਾਂ ਨੂੰ ਜੋੜ ਕੇ ਬੱਚੇ ਨਕਸ਼ਾ ਬਣਾਉਂਦੇ ਨੇ ਤਸਵੀਰਾਂ ਬਣਾਉਂਦੇ ਨੇ ਆਸਾਨਤ ਦੀਆਂ ਚੀਜ਼ਾਂ ਮਤਲਬ ਔਰ ਫਿਰ ਐਸੀਆਂ ਕੋਈ ਚੀਜ਼ਾਂ ਉਹਨਾਂ ਨੂੰ ਫੇਰ ਹੀ ਜਾਓ ਤਸਵੀਰਾਂ ਅੱਗੇ ਪਿੱਛੇ ਹੋਏ ਬਾਅਦ ਇੱਕ ਦੋ ਚੀਜ਼ਾਂ ਨੂੰ ਮਿਕਸ ਕਰ ਬੱਚੇ ਦਾ ਆਈਕਿਊ ਲੈਵਲ ਯਾਨੀ ਕਿ ਉਹ ਮੈਥੂ ਅੰਗਰੇਜ਼ੀ ਦਾ ਲਫ਼ਜ਼ ਹੈ ਮੈਨੂੰ ਪੋਤਰੇ ਦੱਸਿਆ ਬਾਬਾ ਜੀ ਤੁਹਾਡਾ ਆਈਕਿਊ ਲੈਵਲ ਜਿਹੜਾ ਨਾ ਘਟਦਾ ਪੈਂਦਾ ਹਾਂ ਮਤਲਬ ਇਹ ਕਿ ਜ਼ਾਨਤ ਜਿਹੜੀ ਹੈ ਨਾ ਹੂੰ ਉਹ ਜਿਹਤੋਂ ਪਤਾ ਸਾਰਾ ਹੈ ਉਹ ਅੁੰਜਾ ਆਪਣੇ ਤੇ ਲੈਣਦੇ ਨੇ ਨਹੀਂ ਯਾਰ ਨਹੀਂ ਨਹੀਂ ਇਹ ਮੈਨੂੰ ਮੇਰੇ ਪੁੱਤਰੇ ਦੱਸਿਆ ਹਸਕਾ ਬਾਬਾ ਇਹਦਾ ਉਹ ਸਾਡੀ ਫੈਮਿਲੀ ਦਾ ਇੱਕ ਲਫ਼ਜ਼ ਹੈ ਬਾਪ ਔਰ ਦਾਦੇ ਵਾਸਤੇ ਅਸੀਂ ਬਾਬਾ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਰੀਆਂ ਫੈਮਿਲੀਆਂ ਦਾ ਸਾਰੀਆਂ ਨਹੀਂ ਖਾਸ ਕਰ ਸਾਦਾ ਫੈਮਿਲੀ ਦੇ ਵਿੱਚ ਜਿਹੜਾ ਨਾ ਬਾਬਾ ਲਫ਼ਜ਼ ਤੇ ਵਾਸਤੇ ਉਸ ਬੰਨੇ ਪਤਾ ਕੀ ਕਹ ਉਸਾ ਕਹਾ ਅਬ ਤੁਸੀਂ ਵੱਡੇ ਬਾਬਾ ਹੋ ਨਾ ਤੇ ਤੁਹਾਡਾ ਆਈਕਿਊ ਲੈਵਲ ਜਿਹੜਾ ਨਾ ਘਟਦਾ ਵੈਂਦਾ ਮੈਂ ਕਿਹਦਾ ਵੱਤ ਬਲਕਿ ਹਾਂ ਦਾ ਪੁੱਤਰੀ ਅੱਛਾ ਅਸਾ ਕਹ ਤੁਹਾਨੂੰ ਗੱਲਾਂ ਵੀ ਸਰਵੈਂਦੀਆਂ ਤੁਹਾਨੂੰ ਯਾਦ ਨਹੀਂ ਰਹਦੀਆਂ ਮੈਂ ਕਹਾ ਵੱਤ ਤੋਂ ਉਸਾ ਕਾ ਤੁਹਾ ਦੀ ਜ਼ਾਨਤ ਕਮਜ਼ੋਰ ਹੁੰਦੇ ਮੇਦੀ ਉਸ ਸਕੂਲੇ ਉਰਦੂ ਬੋਲਦੇ ਹੀ ਨੇ ਅੱਛਾ ਮਾਂ ਨਾਲ ਵੀ ਉਰਦੂ ਬੋਲਦੇ ਹੀ ਨੇ ਤੇ ਮੇਰੇ ਕੋਲ ਜਿੱਤ ਵੇਲੇ ਆਉਣ ਨਤ ਪਿੱਛੋ ਹਾ ਲਾ ਲੋ ਬੈਂਦੀ ਹੁਣ ਤੁਸੀਂ ਦਾਦੇ ਨਾਲ ਪੰਜਾਬੀ ਬੋਲਣੀ ਹੈ ਤੇ ਮੈਂ ਕਹ ਬ ਤੂੰ ਫਾਰਸੀ ਕਿਹੜੀ ਬੋਲਦੀ ਪਈ ਹੈ ਬਾਈ ਤੂੰ ਵੀ ਤਾਂ ਪਿੱਛੋ ਪੰਜਾਬੀ ਚ ਸੱਤ ਮਾਰਿਆ ਨਾ ਅਸਾਂ ਅਸ਼ਾ ਜੀ ਆਪਣਾ ਕਰਿਆ ਨਾ ਕੋਈ ਹੋਰ ਬੋਲੀ ਬੋਲੀਆ ਤਾਂ ਸਾਡੀ ਵਾਦੀਏ ਸੋਣ ਦੀ ਬੋਲੀ ਹੈ ਤੇ ਦਾਦੀ ਸਾਡੀ ਮਸੱਲੇ ਤੇ ਬੈਠੀ ਜੇ ਤੱਕ ਯਾਦ ਹੈ ਹਾਂ ਤੇ ਉਹ ਜਨਾਬ ਉਹ ਤੁ ਜੁੱਤੀ ਚਾ ਲੈਂਦੀ ਵਾਦੀ ਇਹ ਖਚ ਕੇ ਖਣਾ ਤੇ ਔਰ ਨਿਸ਼ਾਨਾ ਬੜਾ ਹੁੰਦਾ ਇਹਨਾਂ ਮਾਈਆਂ ਉਹ ਆਖਦੀ ਇਹ ਤੁਹਾਡੇ ਦਾਦੇ ਦੀ ਜ਼ਬਾਨ ਨੇ ਤੁਸੀਂ ਕੋਈ ਕਿਹੜੀ ਜ਼ਬਾਨ ਬੋਲਦਾ ਪਿਆ ਵਾ ਬੜੀ ਬੜੀ ਵੱਡੀ ਕਾ ਇਹੋ ਲੋਕਾਂ ਵਡੇਰੇ ਔਰ ਅਸੀਂ ਨਾ ਜੇ ਅਗਰ ਆਪਣੀ ਜੱਦ ਨੂੰ ਸੁਤਰਾਣਾ ਜੇ ਅਗਰ ਅਸਾਂ ਆਪਣੀ ਧਰਤੀ ਨੂੰ ਰੰਗ ਲਾਣੇ ਨੇ ਜੇ ਅਸਾਂ ਆਪਣੀ ਪੀੜ੍ਹੀ ਜਿਹੜੀ ਸਾਡੀ ਕੱਲ ਦੀ ਕਲੋਕੀ ਨਸਲ ਹੈ ਜਿਹੜੀ ਅਗਰ ਉਸ ਨੂੰ ਜਿੱਦਤ ਉਹਨਾਂ ਨੂੰ ਪੜਾਇਓ ਕੰਪਿਊਟਰ ਲੈ ਕੇ ਦਿਓ ਉਹਨਾਂ ਨੂੰ ਸਾਫਟਵੇਅਰ ਬਣਾਉਣ ਦਾ ਵੱਲ ਸਿਖਾਇਓ ਉਹਨਾਂ ਨੂੰ ਲੇਕਿਨ ਕੁਝ ਟਾਈਮ ਜਿਹੜਾ ਨਾ 24 ਘੰਟਿਆਂ ਦੇ ਵਿੱਚ ਘੱਟੋ ਘੱਟ ਇੱਕ ਘੰਟਾ ਜਿਹੜਾ ਨਾ ਸਾਰਾ ਟੱਬਰ ਇਕੱਠਾ ਬੈ ਕੇ ਨਾ ਕਿਸੇ ਦਾਦੇ ਪੁਰਦਾਦੇ ਦੀ ਗੱਲ ਕਰ ਲਈ ਕਦੀ ਨਾ ਕਦੀ ਵੱਤ ਜਿਹੜੇ ਸਾਡੇ ਮਸਬੀ ਇਸਲਾਫਨ ਉਹਨਾਂ ਦੀ ਗੱਲ ਖਾਲਿਦ ਬਨ ਵਲੀਦ ਦਾ ਕਿੱਸਾ ਛੋ ਦਿੱਤਾ ਸੁਲਤਾਨਯੂਬੀ ਨੂੰ ਪੜਨ ਲੱਗ ਪਾਓ ਔਰ ਵੱਤ ਪੰਜਾਬੀਆਂ ਦਾ ਜਿਹੜਾ ਵੱਡਾ ਜਿਹੜਾ ਹਕੀਕੀ ਕਿਸਮ ਦਾ ਜਿਹੜਾ ਆਗੂ ਆ ਭਗਤ ਸਿੰਘ ਨੂੰ ਪੜੋ ਸ਼ਾਹ ਹੁਸੈਨ ਦੀ ਗੱਲ ਕਰਨ ਲੱਗ ਪੋ ਵਾਰਿਸ ਸ਼ਾਹ ਦੀ ਗੱਲ ਵਾਰਿਸ ਸ਼ਾਹ ਦੀ ਗੱਲ ਕਰਨੋ ਸਾਡਾ ਅਲਮੀਆਂ ਹੈ ਕਿ ਕਰੋੜਾ ਲੋਕ ਜ਼ਬਾਨ ਪੰਜਾਬੀ ਬੋਲਦੇ ਨੇ ਲੇਕਿਨ ਲਿਖਣ ਪੜ੍ਹਨ ਦੇ ਵੇਲੇ ਸਾਡਾ ਜਿਹੜਾ ਨਾ ਹੱਥ ਥੱਕ ਜਾਂਦਾ ਸੀ ਬਹੁਤ ਪੈਬੇ ਨਹੀਂ ਸੀ ਬੱਚਿਆਂ ਨੂੰ ਇਹ ਦਿਓ ilm ਦਿਓ ਬਿਲਕੁਲ ਅੱਛਾ ਰਾਜੀ ਅੱਛਾ ਅਗਾਈ ਦੀ ਗੱਲ ਸ਼ਾਹੀ ਕਰਦੇ ਪਿਆ ਅਸੀਂ ਆਪਣੇ ਰੈਤਲ ਵਸੇਬ ਦੀ ਇੱਕ ਅਗਾਈ ਹੈ ਕਿ ਗੰਨੇਆਂ ਦਾ ਦੌਰ ਸ਼ੁਰੂ ਹੋਇਆ ਹੈ ਅੱਗੇ ਵਿੱਚ ਕਾਲਾਂ ਦੋਤ ਰਿਆ ਜਾਂ ਗੱਲ ਜਾਂ ਸ਼ੁਰੂ ਕਰੇਂਦੇ ਤਾਂ ਵਿੱਚ ਉਹ ਚੰਗਾ ਜੀ ਬਤ ਲੱਗਦਾ ਉਹ ਹੁੰਦਾ ਫਾਇਦਾ ਹੈ ਕਿ ਬਸਾ ਨਿਕਲ ਬਿੰਦਾ ਯਾਰ ਸਾਨੂੰ ਅੱਛਾ ਤੇ ਉਹ ਟਰਾਲੀਆਂ ਲੋਡ ਹੋ ਕੇ ਤੇ ਅਕਸਰ ਜਿਹੜਾ ਨਾ ਜਨਾਬ ਆਬਾਦੀਆਂ ਦੇ ਵਿੱਚੋਂ ਗੁਜ਼ਰਦੀਆਂ ਤੇ ਬੱਚੇ ਜਿਹੜੇ ਨਾ ਉਹ ਉਡੀਕ ਹੀ ਚੋਂਦੇ ਨੇ ਕਿ ਕੋਈ ਟਰਾਲੀ ਆਵੇ ਤਾਂ ਅਸੀਂ ਗੰਨਾ ਚੀਕੀਏ ਹਾਂ ਅੱਛਾ ਉਹ ਸ਼ਾਹ ਜੀ ਇਹ ਨਹੀਂ ਵੇਖਦੇ ਕਿ ਟਾਇਰ ਦੇ ਅਗੂ ਹੱਥ ਪਿਆ ਹੈ ਜਾਂ ਪਿੱਛੋਂ ਪਿਆ ਜਾਂ ਟਾਇਰ ਦੇ ਪਿੱਛੇ ਪਿਆ ਹੈ ਹਾਥੀਆ ਕਿ ਉਹਨਾਂ ਨੂੰ ਸਿਰਫ ਉਹਨਾਂ ਦੀ ਨਜ਼ਰ ਆਉਂਦੀ ਗੰਨੇ ਤੇ ਗੰਨੇ ਤੇ ਥੱਲੂ ਕੋ ਬੱਟਾ ਹੈ ਕੋ ਕੋ ਗੱਲ ਜਿਵੇਂ ਤੁਹਾਡਾ ਜਨਾਬ ਥੱਲੂ ਪੈਰ ਥੜਕਣਾ ਹੈ ਹਾਂ ਪੈਤ ਪਿੱਛੋਂ ਜਿਹੜੀ ਸ਼ੈ ਆਉਣੀ ਉਸ ਤਰ੍ਹਾਂ ਬਿਲਕੁਲ ਜੇ ਅਗਰ ਟਾਇਰ ਦੇ ਅੱਗੇ ਤਾਂ ਵਾਤਾ ਜਨਾਬ ਬਚਣ ਦੇ ਚਾਂਸ ਨਹੀਂ ਕੋਈ ਜਿਹੜੀ ਪਿੱਛੋਂ ਸ਼ਾਇਕ ਹੋਣੀ ਹੈ ਬਾਤ ਉਹ ਵੀ ਉਸ ਵੀ ਕੋਈ ਫੌਰਨ ਤਾਂ ਕੋਈ ਨਾ ਲਾ ਲੈਣੀ ਅੱਛਾ ਹੁਣ ਚੀਜ਼ ਇੱਕ ਹੋਰ ਹੁੰਦੀ ਹੈ ਕਿ ਮਤਲਬ ਟਰਾਲੀਆਂ ਜਦੋਂ ਨਿਕਲਦੀਆਂ ਹਨ ਤਾਂ ਪਿੱਛੋਂ ਉਹ ਇਸ ਵਜ੍ਹਾ ਤੋਂ ਨਹੀਂ ਮਤਲਬ ਇਹ ਬੰਦਾ ਪਿੱਛੇ ਲੈਂਦੇ ਕਿ ਕੋਈ ਬੱਚੇ ਗੰਨੇ ਛਕੇ ਤਾਂ ਕੋਈ ਹਾਦਸਾ ਨਾ ਹੋ ਵੰ ਜਾ ਉਹ ਆਪਣੇ ਗੰਨੇ ਦੀ ਰਖਵਾਲੀ ਵਾਸਤੇ ਨਿਕਲਦੇ ਹਨ ਔਰ ਕਈ ਬੰਦੇ ਜਿਹੜੇ ਨਾ ਅੱਜ ਕੱਲ੍ਹ ਟਰਾਲੀਆਂ ਵਾਲੇ ਜਿਹੜੇ ਨਾ ਮੈਂ ਇੱਧਰ ਚਨੀਅੋਟ ਨੂੰ ਵਜੀ ਹੈ ਨਾ ਤੇ ਇੱਧੇ ਔਰ ਪਰਾਂ ਸੰਗਲੇ ਵਾਲੇ ਪਾਸੇ ਫੇ ਸ਼ੂਗਰ ਬਿੱਲਾ ਹੈ ਰੇਣਾ ਇੱਧਰ ਸਿਆਲ ਮੋੜ ਵਾਲੇ ਪਾਸੇ ਤੋ ਭਾਈ ਜੀ ਐਦਾ ਤੋ ਉੱਥੇ ਕੁੱਤ ਦੋ ਬੰਦੇ ਤੋਂ ਨਾ ਚੰਗਾ ਲੰਮਾ ਪ੍ਰਾਣ ਫੜਿਆ ਹੁੰਦਾ ਇਨੇ ਛੋਟ ਚੰਗਾ ਛੱਟਦੇ ਇੱਕ ਤਾਂ ਆਬਾਦੀਆਂ ਦੇ ਵਿੱਚ ਜਦਾਂ ਇਹ ਟਰਾਲੀਆਂ ਗੁਜ਼ਰਨ ਤਾਂ ਆਪਣੇ ਬੱਚਿਆਂ ਨੂੰ ਖਾਸ ਕਰ ਸਮਝਾਓ ਕਿ ਟਰਾਲੀਆਂ ਦੇ ਨੇੜੇ ਨਾ ਲੱਗਣ ਬਿਲਕੁਲ ਠੀਕ ਇੰਜੇ ਗੱਲ ਹੋ ਗਈ ਸ਼ਾ ਜੀ ਦੂਸਰਾ ਜਦੋਂ ਇਹ ਟਰਾਲੀਆਂ ਰੋਡ ਤੇ ਚੜਦੀਆਂ ਹਾਂ ਤਾਂ ਅਕਸਰ ਰਾਤ ਨੂੰ ਸਫਰ ਕਰਦੀਆਂ ਟਰਾਲੀਆਂ ਇੰਜੇ ਗੱਲ ਸ਼ਾ ਜੀ ਇਹ ਅੱਜ ਕੱਲ ਧੁੰਦ ਹੈ ਹਾਂ ਬੜੀ ਢੇਰ ਧੁੰਦ ਹੈ ਧੁੰਦ ਇਤਨੀ ਹੈ ਕਿ ਮਤਲਬ ਇਹ ਖੁੱਲੇ ਇਲਾਕਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਧੁੰਦ ਹੱਥ ਨੂੰ ਹੱਥ ਨੇ ਸਹੀ ਹੁੰਦਾ ਤੇ ਜਿਹੜੇ ਡਰਾਈਵਰ ਹਜ਼ਰਤ ਹਨ ਉਹ ਜਨਾਬੇ ਵੇਖਿੰਦੇ ਕਿ ਜੜੀਆਂ ਟਰਾਲੀਆਂ ਦਾ ਖਿਲਾਰ ਢੇਰ ਸਾਰਾ ਹੁੰਦਾ ਜੀ ਹਾਂ ਉਹ ਕੋਸ਼ਿਸ਼ ਕਰਦੇ ਨੇ ਕਿ ਅਗਰ ਉਹ 20 ਫੁੱਟ ਚੜੀ ਹੈ ਨਾ ਉਹ ਨੂੰ 40 ਫੁੱਟ ਕੀਤਾ ਹੁੰਦਾ ਉਹ ਹਮੇਸ਼ਾ ਇਤਨਾ ਹੀ ਇਧੂ ਵੱਧੀ ਹੁੰਦੀ ਸੀ ਉਤਨਾ ਹੀ ਦੂਈ ਸਾਈਡ ਤੋਂ ਵੱਧੀ ਹੁੰਦੀ ਤੇ ਇਹ ਜਨਾਬ ਸਾਡੇ ਅਸੀਂ ਆਪਣੇ ਪ੍ਰੋਗਰਾਮ ਦੀ ਵਸਤ ਨਾਲ ਇਹ ਜਨਾਬ ਰਿਕਵੈਸਟ ਕਰਦੇ ਆ ਗੁਜ਼ਾਰਿਸ਼ ਕਰਦੇ ਆ ਕਿ ਜਨਾਬ ਡਰਾਈਵਰ ਹਜ਼ਰਤ ਖਸੂਸੀ شفਕਤ ਕਰਨ اور ਖਸੂਸੀ ਆਪਣਾ ਵੀ ਖਿਆਲ ਰੱਖਣ ਤੇ ਦੂਏ ਦਾ ਵੀ ਖਿਆਲ ਕਿਉਂਕਿ ਹਾਂਜੀ ਜੇ ਬਾਲਾਂ ਨੂੰ ਅਸੀਂ ਪਲਾਸਟਿਕ ਦੇ ਅਸਲਾ ਨਮਾ ਖਿਡਾਉਣੇ ਲੈ ਕੇ ਦੇ ਸਕਦੇ ਹਾਂ ਇਹੋ ਜਿਹੀਆਂ ਬਸੰਤੀਆਂ ਸ਼ੇਹੀ ਲਿਆ ਕੇ ਦੇ ਸਕਦੇ ਹਾਂ ਤੇ ਯਾਰ ਤੁਸੀਂ ਜਤਕਾ ਨੂੰ ਟਰਾਲੀਆਂ ਤੇ ਮਗਰ ਭੱਜਣ ਤੇ ਕਿਉਂ ਮਜਬੂਰ ਕਰਦੇ ਹੋ ਯਾਰ ਤੁਸੀਂ ਕਿਦੋਂ ਕਿਦੋਂ ਕੋ ਚਾਰ ਗੰਨੇ ਨਾ ਮੋਲਿਆ ਕੇ ਦੇ ਸਕਦੇ ਆਪਣੇ ਬੱਚਿਆਂ ਦੇ ਉਹ ਘਰ ਦੇ ਉਹ ਚੀਜ਼ਾਂ ਦਾ ਔਰ ਇੱਕ ਹੋਰ ਇਥੋਂ ਗੱਲ ਤੋਂ ਗੱਲ ਆਈ ਕਿ ਭਾਈ ਜਿਹੜੀ ਆ ਹੈਵੀ ਟ੍ਰੈਫਿਕ ਕਿ ਇਹਦਾ ਇੱਕ ਖਸੂਸ ਟਾਈਮ ਹੁੰਦਾ ਸ਼ਹਿਰ ਦੇ ਅੰਦਰ ਬਿਲਕੁਲ ਇਨ ਜਗ੍ਹਾ ਤੇ ਮਤਲਬ ਰਾਤ 9 ਵਜੇ ਤੋਂ ਇਹ ਏਰੀਆ ਖੋਲ ਦਿੱਤਾ ਜਾਂਦਾ ਹੈ ਜਿਹੜਾ ਨਾ ਮੇਨ ਵੱਡੀ ਟ੍ਰੈਫਿਕ ਵਾਸਤੇ ਲੇਕਿਨ ਅੱਜਕੱਲ ਜਿਵੇਂ ਹੁਣ ਆਮ ਗਰਮੀਆਂ ਦਾ ਇਸ ਵੇਲੇ ਜਨਾਬ ਮਲੂਮ ਹੁੰਦਾ ਕਿ ਭਾਈ ਤੂੰ ਸਮਝੋ ਕਿ 9:30 ਦਾ ਟਾਈਮ ਹੋ ਗਿਆ ਹੁਣ ਆ ਗਰਮੀਆਂ ਦਾ ਇੰਨਾ ਜਿਤਨਾ ਹਨੇਰਾ ਹੋ ਚੁੱਕਿਆ ਇਸ ਹਨੇਰੇ ਤੋਂ ਫਾਇਦਾ ਚਾਹਦੇ ਹੋਇਆ ਜਿਹੜੇ ਆ ਡੈਂਪਰਾਂ ਵਾਲੇ ਤੇ ਵੱਡੀਆਂ ਗੱਡੀਆਂ ਵਾਲੇ ਲੋਕ ਹਨਾ

اصل موسم بچیاں आले ਜਿਹੜੇ ਨਸੀਤ ਬਾਤ ਬੱਚਿਆਂ ਵਾਲਿਆ ਸਾਜੀ ਸਾਰੇ ਬੱਚਿਆਂ ਲੰਤ ਦੁੱਖ ਲੱਗਦਾ ਹੈ ਹਕੀਕਤ ਤੇ ਬੱਚਾ ਕਿਸੇ ਦਾ ਵੀ ਰਾਜਕ ਸ਼ਾਇਦ ਮੈਂ ਪਿਛਲੇ ਡੰਗਾ ਚ ਵੀ ਗੱਲ ਕੀਤੀ ਆਈ ਕਿ ਜੇ ਅਗਰ ਪੋਤੜੇ ਨਾਨਾ ਧੁਪਣ ਇੰਜ ਗੱਲ ਤੇ ਬਾਤ ਪੱਗਾ ਨੂੰ ਕਲਫ ਨਹੀਂ ਲੱਗਦੀ ਇੰਜ ਗੱਲ ਚੁੰਨੀ ਤੋਂ ਲੈ ਕੇ ਵਾ ਤੂੰ ਅਕਸਮਈ ਸ਼ਾ ਫਲਸਫੇ ਫੰਡਣ ਲੱਗ ਪੋਂਦਾ ਚੁੰਨੀ ਤੋਂ ਲੈ ਕੇ ਚਾਦਰ ਤੱਕ ਪੁੱਤ ਕੱਲ ਵਜੇ ਠੀਕ ਆ ਜੀ ਜਨਬ ਹੈਲੋ ਜੀ ਅਸਲਾਮੁਅਲੈਕ ਜੀ ਵਾਲੇਕਮ ਅਸਲਾਮ ਕੌਣ ਤੇ ਕਿੱਥੋਂ ਜਨਾਬ ਮੁਹੰਮਦ ਅਬਦੁਰਮਨ ਸਾਲਵੀ ਇਸ ਕਾ ਰਹਾ ਹੂੰ ਦੀਨ ਕਲੋਨੀ ਸੇ ਇਹਦੀ ਸਰਗੋਦਾ ਅੱਛਾ ਦੀਨ ਕਲੋਨੀ ਚ ਪੰਜਾਬੀ ਤੋਂ ਹਟ ਕੇ ਉਰਦੂ ਕਦੋਂ ਕਣਾ ਲਾਗੂ ਆਇਆ ਹਜ਼ੂਰ ਚਲੋ ਕੋਈ ਨਹੀਂ ਅਸਲੀ ਜਮਾਤ ਦੀ ਜ਼ੁਬਾਨ ਪੰਜਾਬੀ ਨਹੀਂ ਹੈ ਨਾ ਬਾਈ ਨਹੀਂ ਤਾਂ ਬਾਈ ਸਾਨੂੰ ਪੰਜਾਬੀ ਤੋਂ ਇਲਾਵਾ ਹੋਰ ਸਮਝ ਕੋਈ ਨਹੀਂ ਰਲਦੀ ਨਾ ਹਲਵਾਨ ਨੂੰ ਘਾਤੀਆਰ ਸਨ ਨਹੀਂ ਨਹੀਂ ਕੋਈ ਨਹੀਂ ਜੀ 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 ਜਿਹੜੀ ਆਪਣਾ ਨਸੀਮ ਇਕਬਾਲ ਸਾਹਿਬ ਨੇ ਭੱਟੀ ਸਾਹਿਬ ਤੇ ਆਪਣਾ ਕੋਈ ਪ੍ਰੋਗਰਾਮ ਹੈ ਕੋਈ ਬੁੱਕਗਾਰਦਬਾਰੀ ਜਿਹੀ ਦੱਸ ਦਿਓ ਕਰੋ ਬੜਨ ਨੂੰ ਬੜਾ ਦਿਲ ਕਰਦਾ ਇਹ ਨੈਟ ਤੇ ਮਿਲਦੀਆਂ ਨਹੀਂ ਜੀ ਠੀਕ ਹੈ ਮੈਂ ਜ਼ਰੂਰ ਦੱਸਾਂਗਾ ਮੈਂ ਜ਼ਰੂਰ ਦੱਸਾਂਗਾ ਮਤਾਲਾ ਤੇ ਅਸੀਂ ਕੱਲ੍ਹ ਮੈਂ ਜ਼ਰੂਰ ਦੱਸਾਂਗਾ ਦੱਸਾਂ ਜੀ ਨਸੀਮ ਇਕਬਾਲ ਭੱਟੀ ਦੀਆਂ ਦੋ ਕਿਤਾਬਾਂ ਹਮਮ ਇੱਕ ਸਾਈ ਦੇ ਹੱਥ ਡੋਰ ਅੱਛਾ ਦੂਜੀ ਕਿਤਾਬ ਹੈ ਖੋਟੇ ਸਿੱਖ ਔਰ ਮੇਰੇ ਖਿਆਲ ਹੈ ਜ਼ਿਆਦਾ ਤੋਂ ਜ਼ਿਆਦਾ ਦੋਵੇਂ ਜਿਹੜੀਆਂ ਨੇ ਹਜ਼ਾਰ ਇੱਕ ਰੁਪਏ ਦੀਆਂ ਹੈ ਲੋਕਾਂ ਅੱਛਾ ਅਗਰ ਤੁਹਾਨੂੰ ਚਾਹੀਦੀ ਹੋਣ ਤਾਂ ਤੁਸੀਂ ਯੂਨੀਵਰਸਿਟੀ ਰੇਡੀਓ ਤੇ ਰابطਾ ਕਰਿਓ ਤਾਂ ਮੈਂ ਤੁਹਾਨੂੰ ਕਿਤਾਬਾਂ ਮੰਗਵਾ ਦੇ ਸਾਂ ਜੀ ਬਿਲਕੁਲ ਗੱਲ ਮੁੱਕ ਗਈ ਗੱਲ ਮੁੱਕ ਗਈ ਜੀ ਅੱਛਾ ਜੀ ਤੇ ਗੱਲ ਪਾ ਕਰਦੇ ਹਾਂ ਤੁਸੀਂ ਗੱਲ ਕਿਹੜੀ ਕਰਦੇ ਪਿਆ ਜੀ ਅੱਛਾ ਅੱਛਾ ਲਓ ਜੀ ਗੱਲਾਂ ਕਿਹੜੀਆਂ ਕਰਨੀਆਂ ਗੱਲਾਂ ਇਹ ਨੇ ਕਿ ਸਾਡਾ ਕੰਮ ਹੈ ਮੁਹੱਬਤਾਂ ਦੀ ਬਾਗ ਦੇਣਾ ਆਹਾ ਗੱਲ ਤੋਂ ਸਛੜੀ ਹੈ ਮੈਂ ਤੁਹਾਨੂੰ ਯਾਦ ਕਰਾਉਗਾ ਜੀ ਬਿਸਮਿਲ্লাহ ਗੱਲ ਉਹ ਆਉਂਦੀ ਪਈ ਆਇਸ਼ਾ ਜੀ ਇਹਨਾਂ ਦੀ ਰੋਡ ਐਕਸੀਡੈਂਟਾਂ ਦੀ ਹਾਂ ਉਹਦੀ ਗੱਲ ਪਿਆ ਦਿਓ ਨਾ ਕਿ ਬਈ ਬਾਲ ਜਿਹੜੇ ਨੇ ਖਾ ਕਿਸੇ ਦਾ ਵੀ ਹਾਂ ਕਿਸੇ ਦਾ ਵੀ ਹੋਵੇ ਮਤਲਬ ਇਹ ਕਿ ਬਾਲ ਜਿਹੜੇ ਨੇ ਸਾਰਿਆਂ ਦੇ ਸਾਂਝੇ ਹੁੰਦੇ ਤੇ ਦੁੱਖ ਲੱਗਦਾ ਹੈ ਬਾਲ ਵਾਲਾ ਜਿਹੜਾ ਬੰਦਾ ਹੈ ਤੇ ਉਹ ਅਗਾਈ ਹੁੰਦੀ ਸਾਡੀ ਤਾਂ ਅਸੀਂ ਤਾਂ ਮਤਲਬ ਆਪਣੇ ਪ੍ਰੋਗਰਾਮ ਦੀ ਵਸਾਤਤ ਨਾਲ ਅਸਤ ਇੱਕ ਨਿਸ਼ਾਨਦੇਹੀਆਂ ਕਰਨੀ ਆਉਂਦੀ ਹੈ ਅਨਸ਼ਾ ਜੀ ਹਾਂ ਅਗੋ ਅਮਲ ਕਰਨਾ ਹੈ ਤਾਂ ਸਾਡੇ ਵਸੇਬੀਆਂ ਕਰਨਾ ਹੈ ਸਾਡੇ ਜਿਹੜੇ ਜਿਹੜੇ ਆਈ ਕੋਈ ਨਹੀਂ ਮਤਲਬ ਇਹ ਹੈ ਮੈਂ ਬੰਦਾ ਅੱਖ ਨਸੀ ਹੁਣ ਦੋਵੇਂ ਪੈਚੜੇ ਪੇ ਹੋ ਕੇ ਬਬੀਏ ਪੇ ਅਸੀ ਉਹ ਬਾਬੇ ਬਣ ਗਏ ਇਸੇ ਹਾਂ ਅਸੀਂ ਆਪਣੇਆਂ ਬਾਬਿਆਂ ਦੀ ਜਿਹੜੀ ਸਾਨੂੰ ਦਿੱਤੀਆਂ ਹੀਆਂ ਸੋਝਵਾਨੀਆਂ ਹਨ ਅਸੀਂ ਉਹਨਾਂ ਦੀ ਸੁਨਤ ਅਦਾ ਕਰਦੇ ਆਂ ਗੱਲਾਂ ਕਰਦੇ ਹਾਂ ਯਾ ਜੋ ਅਸੀਂ ਵੇਖੋ ਜੀ ਇੱਕ ਇਸ ਤੋਂ ਹਟ ਕੇ ਜਿਹੜਾ ਅਦੀਬ ਹੁੰਦਾ ਹੈ ਨਾ ਸ਼ਾਜੀ ਹਾਂ ਉਹਦੀਆਂ ਇੱਕ ਤੀ ਸਰੀ ਅੱਖ ਵੀ ਆਉਂਦੀ ਜਿਹਦੇ ਨਾਲ ਸਾਰਾ ਕੁਝ ਨੋਟ ਕਰਦਾ ਅਗਲਾ ਇੱਕ ਅਦੀਬਾਂ ਦੇ ਬਾਰੇ ਵਿੱਚ ਮੇਰਾ ਕਮਲਾ ਜਿਹਾ ਖਿਆਲ ਹੈ ਕਿ ਅਦੀਬ ਨੂੰ ਅੱਲਾ ਕਰੀਮ ਇਲਾਮ ਦਿੰਦਾ ਹੈ ਇੰਜੇ ਗੱਲ ਨੇ ਵਹੀ ਨਾਜ਼ਰ ਹੁੰਦੀ ਨੇ